ਤੁਸੀਂ ਬਹੁਤ ਸਾਰੇ ਮਾਮਲੇ ਦੇ ਵਿੱਚ ਸੁਣਿਆ ਹੋਏਗਾ ਕਿ ਇੰਤਜ਼ਾਰ ਪਰਿਵਾਰ ਜਾਂ ਪੀੜਤ ਲੋਕ ਕਰ ਰਹੇ ਨੇ ਕਈ ਸਾਲਾਂ ਤੋਂ ਅਦਾਲਤਾਂ ਦੇ ਵਿੱਚ ਜਾਂ ਫਿਰ ਥਾਣਿਆਂ ਦੇ ਵਿੱਚ ਮਾਮਲਾ ਚੱਲ ਰਿਹਾ ਹੈ। ਪਰ 31 ਸਾਲ ਪੁਰਾਣਾ ਇੱਕ ਮਾਮਲਾ ਅਜਿਹਾ ਵੀ ਹੈ ਜਿਸ ਦੇ ਵਿੱਚ ਜਾਂਚ ਹੋਈ, ਫਾਈਲ ਤਿਆਰ ਹੋ ਗਈ, ਜਾਂਚ ਦੇ ਵਿੱਚ ਬਹੁਤ ਸਾਰੇ ਸਵਾਲ ਚੁੱਕ ਦਿੱਤੇ ਗਏ, ਪਰ ਅੱਗੇ ਗੱਲ ਵਧੀ ਰਹੀ। ਜਿਹੜੇ ਪੀੜਤ ਨੇ ਜਾਂ ਫਿਰ ਉਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਦਾ ਇੰਤਜ਼ਾਰ ਜਿਹੜੇ ਲੋਕ ਕਰ ਰਹੇ ਨੇ, ਉਹ ਅਜੇ ਇਸ ਮਾਮਲੇ 'ਚ FIR ਦਰਜ ਹੋਣ ਦਾ ਵੀ ਇੰਤਜ਼ਾਰ ਕਰ ਰਹੇ ਹਨ। ਅੱਜ ਅਸੀਂ ਜ਼ਿਕਰ ਗੁਰਦੇਵ ਸਿੰਘ ਕਾਉਂਕੇ ਦਾ ਕਰਨ ਜਾ ਰਹੇ ਹਾਂ। ਇਹ ਮਾਮਲਾ ਇੰਨਾ ਅਹਿਮ ਕਿਉਂ ਹੈ? ਸਭ ਤੋਂ ਪਹਿਲਾਂ ਅਸੀਂ ਇਸ ਪੂਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਕਾਉਂਕੇ ਕੌਣ ਸੀ? ਜਥੇਦਾਰ ਅਕਾਲ ਤਖਤ ਸਾਹਿਬ ਦੇ ਲਗਾਏ ਗਏ, ਸਰਬੱਤ ਖਾਲਸਾ ਹੋਇਆ ਸੀ ਉਸ ਸਮੇਂ। ਔਰ ਦੂਜਾ ਪੁਆਇੰਟ ਇਹ ਹੈ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਜਾਂ ਉਹਨਾਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ, ਇਸ ਗੱਲ ਦੇ ਉੱਤੇ ਹੀ ਹੁਣ ਪੂਰਾ ਵਿਵਾਦ ਹੈ। 1992 ਦੇ ਵਿੱਚ, ਦਸੰਬਰ 1992 ਦੇ ਵਿੱਚ ਕਾਉਂਕੇ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਇਲਜ਼ਾਮ ਨੇ ਕਿ ਕਰੀਬ 200 ਲੋਕਾਂ ਦੀ ਹਾਜ਼ਰੀ ਸੀ ਜਦੋਂ ਕਥਾ ਕਰ ਰਹੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਉਸ ਸਮੇਂ ਹਿਰਾਸਤ ਦੇ ਵਿੱਚ ਲਿਆ ਗਿਆ। ਪੁਲਿਸ ਦੀ ਥਿਊਰੀ ਉਸ ਸਮੇਂ ਦੀ ਕਹਿੰਦੀ ਹੈ ਕਿ ਕਾਉਂਕੇ ਬਾਅਦ ਦੇ ਵਿੱਚ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਭੱਜ ਗਏ। ਪਰ 1998 ਦੇ ਵਿੱਚ, 1992 ਤੋਂ ਲੈ ਕੇ 98 ਤੱਕ ਇਸ ਕੇਸ ਦੇ ਵਿੱਚ ਕੋਈ ਜਾਂਚ ਨਹੀਂ ਹੋਈ। 1998 ਦੇ ਵਿੱਚ ਜਾ ਕੇ ਇਸ ਪੂਰੇ ਮਾਮਲੇ 'ਚ ਇੱਕ ਜਾਂਚ ਬਿਠਾਈ ਜਾਂਦੀ ਹੈ BP ਤਿਵਾੜੀ ਦੀ ਨਿਗਰਾਨੀ ਦੇ ਵਿੱਚ। 3 ਮਹੀਨਿਆਂ ਦੇ ਵਿੱਚ ਜਾਂਚ ਰਿਪੋਰਟ ਦੇਣ ਨੂੰ ਕਿਹਾ ਜਾਂਦਾ ਹੈ। ਉਸ ਜਾਂਚ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਜਿਹੜੀ ਪੁਲਿਸ ਦੀ ਥਿਊਰੀ ਹੈ ਉਸ ਸਮੇਂ ਦੀ, ਉਸ ਦੇ ਵਿੱਚ ਦਮ ਨਹੀਂ ਹੈ। ਔਰ ਇਲਜ਼ਾਮ ਇਹ ਲਗਾਏ ਗਏ ਕਿ ਪੁਲਿਸ ਦੇ ਤਸੀਹਿਆਂ ਦੀ ਵਜ੍ਹਾ ਦੇ ਨਾਲ ਕਾਉਂਕੇ ਦੀ ਮੌਤ ਹੋ ਗਈ, ਕਿਉਂਕਿ ਪੁਲਿਸ ਨੇ ਤਾਂ ਕਿਹਾ ਸੀ ਕਿ ਉਹ ਭੱਜ ਗਏ ਪੁਲਿਸ ਦੀ ਹਿਰਾਸਤ ਤੋਂ। ਤਾਂ ਉਸ ਜਾਂਚ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਭੱਜੇ ਨਹੀਂ ਬਲਕਿ ਤਸੀਹੇ ਦੇ ਕੇ ਮਾਰ ਦਿੱਤਾ ਗਿਆ। ਇਹ ਤਾਂ ਹੋ ਗਿਆ ਪੂਰਾ ਮਾਮਲਾ। ਹੁਣ ਅਗਲੀ ਗੱਲ, ਹੁਣ ਪੁਆਇੰਟ ਇਹ ਹੈ ਕਿ 31 ਸਾਲ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਕਿਉਂ ਨਹੀਂ ਮਿਲਿਆ? ਮੈਂ 1999 ਤੋਂ ਲੈ ਕੇ ਜਦੋਂ ਜਾਂਚ ਰਿਪੋਰਟ ਸਾਹਮਣੇ ਆ ਗਈ ਸੀ, ਉਸ ਤੋਂ ਬਾਅਦ 2023 ਤੱਕ ਜਿੰਨੀਆਂ ਵੀ ਸਰਕਾਰਾਂ ਪੰਜਾਬ ਦੇ ਵਿੱਚ ਰਹੀਆਂ ਨੇ, ਅੱਜ ਅਸੀਂ ਉਹਨਾਂ ਨੂੰ ਸਿੱਧਾ ਸਵਾਲ ਪੁੱਛਦੇ ਹਾਂ ਕਿ ਜੇ ਜਾਂਚ ਰਿਪੋਰਟ ਤੁਹਾਡੇ ਹੱਥ ਦੇ ਵਿੱਚ ਸੀ, ਜੋ ਇਸ ਸਮੇਂ ਮੇਰੇ ਹੱਥ 'ਚ ਹੈ, ਤਾਂ ਫਿਰ ਇਸ ਦੇ ਉੱਤੇ ਐਕਸ਼ਨ ਕਿਉਂ ਨਹੀਂ ਹੋਇਆ? ਹੁਣ ਗੁਰਦੇਵ ਸਿੰਘ ਕਾਉਂਕੇ ਨੇ ਜੇਕਰ ਕੋਈ ਅਪਰਾਧ ਕੀਤਾ ਸੀ ਤਾਂ ਉਸਦੇ ਮੁਤਾਬਿਕ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਜੋ ਵੀ ਸੀ ਉਸ ਸਮੇਂ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ, ਪਰ ਉਹ ਪਹਿਲਾਂ ਦੋਸ਼ ਤੈਅ ਹੋਣਗੇ, ਉਸ ਤੋਂ ਬਾਅਦ ਸਜ਼ਾ ਮਿਲੇ। ਪੁਆਇੰਟ ਨੰਬਰ 2, ਜੇਕਰ ਪੁਲਿਸ ਦੀ ਕਸਟਡੀ ਦੇ ਵਿੱਚ ਮੌਤ ਹੋ ਗਈ, ਜਾਂਚ ਰਿਪੋਰਟ ਦੇ ਵਿੱਚ ਸਵਾਲ ਉੱਠੇ, ਤਾਂ ਫਿਰ ਐਕਸ਼ਨ ਕਿਉਂ ਨਹੀਂ ਹੋਇਆ? ਹੁਣ ਸਵਾਲ ਇਹ ਵੀ ਹੈ ਕਿ ਆਖਿਰ 2023-2024 ਦੇ ਵਿੱਚ ਜਾ ਕੇ ਪੂਰਾ ਮਾਮਲਾ ਕਿਉਂ ਉੱਠ ਰਿਹਾ? ਤਾਂ ਕਾਬਿਲੇ ਗੌਰ ਹੈ ਕਿ 15 ਦਸੰਬਰ ਨੂੰ ਇੱਕ ਸਾਬਕਾ ਜਸਟਿਸ ਨੇ ਅਜੀਤ ਸਿੰਘ ਬੈਂਸ ਰਿਟਾਇਰਡ, ਉਹਨਾਂ ਦੇ ਵੱਲੋਂ ਇਹ ਜਨਤਕ ਕੀਤੀ ਗਈ ਰਿਪੋਰਟ। ਇਹ ਪੂਰਾ ਮਾਮਲਾ ਅਕਾਲ ਤਖਤ ਸਾਹਿਬ ਤੱਕ ਪਹੁੰਚਿਆ। ਉਹਨਾਂ ਨੇ ਆਦੇਸ਼ ਕੀਤੇ ਸ਼੍ਰੋਮਣੀ ਕਮੇਟੀ ਨੂੰ ਕਿ ਤੁਸੀਂ ਇਸ ਪੂਰੇ ਮਾਮਲੇ 'ਚ ਜਾਂਚ ਕਰਵਾਓ, ਔਰ ਫਿਰ 5 ਮੈਂਬਰੀ ਇੱਕ ਕਮੇਟੀ ਵੀ ਹੁਣ ਬਣਾ ਦਿੱਤੀ ਗਈ। ਅੱਜ ਚਰਚਾ ਇਸ ਪੂਰੇ ਮੁੱਦੇ ਉੱਤੇ ਹੋਏਗੀ। ਦਰਅਸਲ ਇਸ ਪੂਰੇ ਮਾਮਲੇ ਦੇ ਵਿੱਚ ਸਿਸਟਮ ਦੇ ਬਹੁਤ ਸਾਰੇ ਨੁਮਾਇੰਦੇ ਨੇ ਜਿਹੜੇ ਕਟਹਿਰੇ ਦੇ ਵਿੱਚ ਖੜੇ ਹੋਏ ਨਜ਼ਰ ਆਉਂਦੇ। ਅੱਜ ਕਿਸੇ ਧਰਮ ਦੀ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਜਥੇਦਾਰ ਕਾਉਂਕੇ ਕਿਹੜੀ ਧਰਮ ਨੂੰ ਬਿਲੋਂਗ ਕਰਦੇ ਸੀ। ਅੱਜ ਸਵਾਲ ਇਹ ਹੈ ਕਿ 1992 ਦੇ ਵਿੱਚ ਜਾਂ ਉਸ ਕਾਲੇ ਦੌਰ ਦੇ ਵਿੱਚ ਜੇਕਰ ਕਿਸੇ ਦਾ ਇਸ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ ਤਾਂ ਕੀ ਉਹਨਾਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ? ਜਥੇਦਾਰ ਹੋਣ ਦੀ ਵਜ੍ਹਾ ਦੇ ਨਾਲ ਉਹਨਾਂ ਦਾ ਪੂਰਾ ਮਾਮਲਾ ਖੂਬ ਚਰਚਾ 'ਚ ਹੈ। 31 ਸਾਲ ਬਾਅਦ ਇੱਕ ਵਾਰ ਫਿਰ ਤੋਂ ਚਰਚਾ 'ਚ ਆ ਗਿਆ। ਸੋਚ ਕੇ ਦੇਖੋ ਕਿ ਕਿੰਨੇ ਸਾਰੇ ਅਜਿਹੇ ਨੌਜਵਾਨ ਜਾਂ ਕੋਈ ਹੋਰ ਅਜਿਹੇ ਸ਼ਖਸ ਹੋਣਗੇ ਸ਼ਾਇਦ ਜਿਨ੍ਹਾਂ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ, ਉਹਨਾਂ ਦੇ ਪਰਿਵਾਰਾਂ ਨੇ ਥਾਣਿਆਂ ਦੇ ਅਦਾਲਤਾਂ ਦੇ ਚੱਕਰ ਮਾਰ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੋਏਗੀ, ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਕਿ ਇਸ ਸਿਸਟਮ ਦੇ ਉੱਤੇ ਇੱਕ ਬਹੁਤ ਕਰਾਰਾ ਥੱਪੜ ਨਹੀਂ ਹੈ, ਇੱਕ ਕੁਐਸਚਨ ਮਾਰਕ ਨਹੀਂ ਹੈ ਕਿ 31 ਸਾਲ ਬਾਅਦ ਵੀ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਇਨਸਾਫ ਕਿਉਂ ਨਹੀਂ ਮਿਲਿਆ? ਖੈਰ, ਅੱਜ ਚਰਚਾ ਹੋਏਗੀ, ਇੱਕ ਰਿਪੋਰਟ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਇਸ ਪੂਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਚਰਚਾ ਕਰਾਂਗੇ ਕਾਉਂਕੇ ਦੇ ਮਾਮਲੇ 'ਚ ਕਟਹਿਰੇ 'ਚ ਕੌਣ ਪਾਉਂਦਾ।
ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਮਾਮਲਾ ਪੰਥਕ ਫਿਜ਼ਾ ਦੇ ਵਿੱਚ ਗਰਮਾਇਆ ਹੋਇਆ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ 1998 ਚ ਪੁਲਿਸ ਦੀ ਰਿਪੋਰਟ ਦਾ ਹਵਾਲਾ ਦਿੱਤਾ ਤੇ ਪੁਲਿਸ ਤੇ 1992 ਚ ਅਣਮਨੁੱਖੀ ਤਸ਼ੱਦਦ ਕਰਕੇ ਕਾਉਂਕੇ ਨੂੰ ਸ਼ਹੀਦ ਕਰਨ ਦੇ ਇਲਜ਼ਾਮ ਲਗਾਏ। ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਵੀ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਕਰਵਾਉਣ ਦੇ ਆਦੇਸ਼ ਦਿੱਤੇ ਤੇ ਹੁਣ ਇਸ ਮਾਮਲੇ ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਵੀ ਐਕਸ਼ਨ ਚ ਨੇ ਤੇ ਪਿਛਲੀਆਂ ਸਰਕਾਰਾਂ ਉਹਨਾਂ ਦੇ ਨਿਸ਼ਾਨੇ ਤੇ ਨੇ। ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ 25 ਸਾਲ ਤੱਕ ਕਾਉਂਕੇ ਦੀ ਰਿਪੋਰਟ ਧੂੜ ਫੱਕਦੀ ਰਹੀ, ਕਿਸੇ ਨੇ ਫਾਈਲਾਂ ਨੂੰ ਝਾੜ ਕੇ ਨਹੀਂ ਦੇਖਿਆ ਤੇ ਉਹਨਾਂ ਨੇ ਆਪ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਗਲਤੀ ਨਾ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ। 25 ਸਾਲ ਰਿਪੋਰਟ ਜਿਹੜੀ ਹੈ ਭਾਈ ਕਾਉਂਕੇ ਦੀ ਉਹ ਸਰਕਾਰ ਦੀਆਂ ਅਲਮਾਰੀਆਂ ਦੇ ਵਿੱਚ ਧੂੜ ਫੱਕਦੀ ਰਹੀ ਹੈ ਤੇ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਉਹ ਫਾਈਲ ਨੂੰ ਚੁੱਕ ਕੇ ਜਿਹੜਾ ਉਹਦੀ ਗਰਦ ਝਾੜਨ ਦਾ ਵੀ ਯਤਨ ਨਹੀਂ ਕੀਤਾ ਵੀ ਗਰਦ ਝਾੜ ਕੇ ਦੇਖ ਲਈਏ ਇਹਦੇ ਵਿੱਚ ਹੈ ਕੀ ਤੇ ਦੋਸ਼ੀਆਂ ਨੂੰ ਸਜ਼ਾਵਾਂ ਜਿਹੜੀਆਂ ਦੇਣੀ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਮੈਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਕਹਾਂਗਾ ਕਿ ਪਿਛਲੀਆਂ ਸਰਕਾਰਾਂ ਨੇ ਗਲਤੀ ਕੀਤੀ ਹੈ ਤੇ ਉਹਨੂੰ ਪਾਸੇ ਰੱਖਦੇ ਹੋਏ ਜਿਹੜੀ ਮੌਜੂਦਾ ਸਰਕਾਰ ਹੈ ਘੱਟੋ ਘੱਟ ਇਹ ਉਸ ਰਿਪੋਰਟ ਦੇ ਉੱਤੇ ਕਾਰਵਾਈ ਜ਼ਰੂਰ ਕਰੇ। ਗਿਆਨੀ ਹਰਪ੍ਰੀਤ ਸਿੰਘ ਨੇ ਪਿਛਲੀਆਂ ਸਰਕਾਰਾਂ ਤੇ ਸਵਾਲ ਚੁੱਕੇ ਪਰ ਜਦੋਂ ਸਰਕਾਰਾਂ ਸੰਬੰਧੀ ਸਵਾਲ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਹੋਇਆ ਤਾਂ ਜਵਾਬ ਦੇਣ ਤੋਂ ਟਾਲਾ ਵੱਟਦੇ ਨਜ਼ਰ ਆਏ। ਹਾਂ, ਉਹਨਾਂ ਨੇ ਇੰਨਾ ਜ਼ਰੂਰ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੋਂ ਬਾਅਦ ਸ਼੍ਰੋਮਣੀ ਕਮੇਟੀ ਕਾਰਵਾਈ ਕਰ ਰਹੀ ਹੈ। ਕਿਉਂਕਿ ਉਹਨਾਂ ਤੇ ਬਿਆਨ ਆਇਆ ਗਿਆਨੀ ਹਰਪ੍ਰੀਤ ਉਹਨਾਂ ਦਾ, ਉਹ ਕਹਿੰਦੇ ਨੇ ਕਿ 25 ਸਾਲ ਪਹਿਲਾਂ ਧੂੜ ਪੱਟਦੀ ਰਹੀ ਔਰ ਕੁਛ ਨਹੀਂ ਹੋਇਆ। ਇਹ ਸਰਕਾਰਾਂ ਦੇ ਕੰਮ ਆ। ਸ਼੍ਰੋਮਣੀ ਕਮੇਟੀ ਨੂੰ ਜਦੋਂ ਜਥੇਦਾਰ ਸਾਹਿਬ ਨੇ ਕਿਹਾ ਸੀ ਉਦੋਂ ਉਹਦਾ ਜਿਹੜਾ ਰਿਸਪੌਂਸ ਕਰ ਚਲੋ ਸਰਕਾਰਾਂ ਦਾ ਬਹੁਤ ਰਹੀਆਂ, ਇੱਕ ਅਕਾਲੀ ਅਕਾਲੀ ਦਲ ਦੀ ਨਹੀਂ ਰਹੀ, ਹੋਰ ਵੀ ਆਈਆਂ। ਹੁਣ ਕੀ ਮੰਨਦੇ ਹੋ ਧਾਮੀ ਸਾਹਿਬ, ਹੁਣ ਕੀ ਹੋਣਾ ਚਾਹੀਦਾ ਜੀ? ਹੁਣ ਦੇਖੋ ਕੀ ਹੁੰਦਾ। ਉਧਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਾਉਂਕੇ ਮਾਮਲੇ 'ਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੀ ਮੰਗ ਕੀਤੀ। ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਜਥੇਦਾਰਾਂ ਨੇ ਪੰਥ ਰਤਨ ਤੇ ਫਖਰੇ ਕੌਮ ਦਾ ਅਵਾਰਡ ਦਿੱਤਾ ਸੀ, ਇਹੋ ਜਿਹਾ ਵਿਅਕਤੀ ਜਿਹਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਕਤਲ ਦੀ ਰਿਪੋਰਟ ਦੱਬ ਕੇ ਰੱਖੀ ਹੋਵੇ ਉਹਨੂੰ ਪੰਥ ਰਤਨ ਤੇ ਫਖਰੇ ਕੌਮ ਕਿਸੇ ਤਰ੍ਹਾਂ ਵੀ ਢੁਕਦਾ ਨਹੀਂ, ਉਹ ਵਾਪਸ ਲਿਆ ਜਾਣਾ ਚਾਹੀਦਾ। ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ 8 ਸਾਲ ਲਗਾਤਾਰ ਪਿਛਲੇ ਸਮੇਂ 'ਚ ਸਰਕਾਰ ਦੇ ਡਿਪਟੀ ਚੀਫ ਮਿਨਿਸਟਰ ਰਹੇ ਆ, ਡਿਪਟੀ CM, ਉਹਨਾਂ ਨੇ ਵੀ ਇਸ ਰਿਪੋਰਟ ਨੂੰ ਕਿਉਂ ਜਨਤਕ ਨਹੀਂ ਕਰਾਇਆ? ਗੁਰਦੇਵ ਸਿੰਘ ਕਾਉਂਕੇ ਦਾ ਮਾਮਲਾ ਕੀ ਹੈ ਵੀ ਤੁਹਾਨੂੰ ਦੱਸਦੇ ਹਾਂ। ਪੁਲਿਸ ਨੇ ਗੁਰਦੇਵ ਸਿੰਘ ਕਾਉਂਕੇ ਨੂੰ 20 ਦਸੰਬਰ 1992 ਨੂੰ ਹਿਰਾਸਤ 'ਚ ਲਿਆ, ਲੋਕਾਂ ਦੇ ਦਖਲ ਤੋਂ ਬਾਅਦ ਭਾਈ ਕਾਉਂਕੇ ਨੂੰ ਛੱਡਿਆ ਤੇ ਇਲਜ਼ਾਮ ਨੇ ਕਿ ਕਾਉਂਕੇ ਨੂੰ ਦੁਬਾਰਾ 25 ਦਸੰਬਰ 1992 ਨੂੰ ਹਿਰਾਸਤ 'ਚ ਲੈ ਲਿਆ ਗਿਆ। ਉਸ ਤੋਂ ਬਾਅਦ ਭਾਈ ਕਾਉਂਕੇ ਦਾ ਕੋਈ ਪਤਾ ਨਹੀਂ ਲੱਗਿਆ। 2 ਜਨਵਰੀ 1993 ਨੂੰ ਕਤਲ ਕੇਸ 'ਚ ਭਾਈ ਕਾਉਂਕੇ ਦੀ ਗ੍ਰਿਫਤਾਰੀ ਦਿਖਾਈ ਗਈ, ਫਿਰ ਪੁਲਿਸ ਨੇ ਭਾਈ ਕਾਉਂਕੇ ਨੂੰ ਭਗੌੜਾ ਕਰਾਰ ਦੇ ਦਿੱਤਾ। 1998 ਦੇ ਵਿੱਚ ਕਾਉਂਕੇ ਦੇ ਕੇਸ ਦੇ ਵਿੱਚ ਪੁਲਿਸ ਜਾਂਚ ਹੋਈ ਤੇ ਜਾਂਚ ਰਿਪੋਰਟ ਦੇ ਵਿੱਚ ਪੁਲਿਸ ਦੀ ਕਹਾਣੀ ਨੂੰ ਰੱਦ ਕਰ ਦਿੱਤਾ ਗਿਆ। ਕਾਬਲੇ ਗੌਰ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ 1998 ਚ ਪੁਲਿਸ ਦੇ ਵੱਲੋਂ ਕੀਤੀ ਜਾਂਚ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ 1992 ਚ ਭਾਈ ਕਾਉਂਕੇ ਤੇ ਪੁਲਿਸ ਨੇ ਅਣਮਨੁੱਖੀ ਤਸ਼ੱਦਦ ਕਰਕੇ ਉਹਨਾਂ ਦਾ ਕਤਲ ਕੀਤਾ ਸੀ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਅਤੇ ਚੰਡੀਗੜ੍ਹ ਤੋਂ ਅਮਨ ਭਾਰਦਵਾਜ, News18 ਪੰਜਾਬ। ਅੱਜ ਚਰਚਾ ਇਸ ਪੂਰੇ ਮੁੱਦੇ ਉੱਤੇ ਹੋਏਗੀ ਕਿ ਆਖਿਰ ਇਸ ਪੂਰੇ ਮਾਮਲੇ ਨੂੰ ਕਿਵੇਂ ਸਮਝਿਆ ਜਾਵੇ। ਉਹ ਕਾਲਾ ਦੌਰ ਸੀ ਪੰਜਾਬ ਦਾ, ਉਸਨੂੰ ਕੋਈ ਯਾਦ ਨਹੀਂ ਕਰਨਾ ਚਾਹੁੰਦਾ, ਪਰ ਗੱਲ ਇਹ ਹੈ ਕਿ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਉਸ ਸਮੇਂ ਚਲੇ ਗਏ ਕਿ ਉਹਨਾਂ ਨੂੰ ਇਨਸਾਫ਼ ਕਦੇ ਨਹੀਂ ਮਿਲੇਗਾ, ਅੱਜ ਅਸੀਂ ਇਸ ਦੇ ਉੱਤੇ ਗੱਲਬਾਤ ਕਰਾਂਗੇ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਵਾਂਗਾ ਅੱਜ ਦੇ ਮਹਿਮਾਨਾਂ ਦੇ ਨਾਲ, ਸਾਡੇ ਨਾਲ ਵਿਰਸਾ ਸਿੰਘ ਬਲਟੋਹਾ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਬਲਟੋਹਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਸਕਾਈਪ ਦੇ ਜ਼ਰੀਏ। ਬਲਟੋਹਾ ਸਾਹਿਬ ਸਾਡੇ ਨਾਲ ਜੁੜ ਰਹੇ ਨੇ, ਸਾਡੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਜੁੜ ਰਹੇ ਨੇ।
ਸਾਬਕਾ ਪ੍ਰਧਾਨ ਨੇ HSGMC ਦੇ ਦਾਦੂਵਾਲ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ। ਕੁਝ ਹੀ ਪਲਾਂ ਦੇ ਵਿੱਚ ਸਰਬਜੀਤ ਸਿੰਘ ਵੇਰਕਾ ਜੀ ਜੁੜਨਗੇ, ਮਨੁੱਖੀ ਅਧਿਕਾਰ ਕਾਰਕੁਨ ਨੇ, ਔਰ ਸਾਡੇ ਨਾਲ ਕੁਲਦੀਪ ਸਿੰਘ ਜੁੜ ਰਹੇ ਨੇ, ਸਿੱਖ ਬੁੱਧੀਜੀਵੀ ਨੇ, ਸਟੂਡੀਓ ਦੇ ਵਿੱਚ ਮੌਜੂਦ ਨੇ। ਕੁਲਦੀਪ ਜੀ ਬਹੁਤ ਬਹੁਤ ਸਵਾਗਤ ਹੈ, ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ। ਉਲਟਾ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਤੋਂ ਕਰਦਾ। ਦੇਖੋ, ਇਨਸਾਫ਼ ਦਾ ਇੰਤਜ਼ਾਰ ਹੋ ਰਿਹਾ ਹੈ, ਉਹਨਾਂ ਪੀੜਤਾਂ ਦੇ ਵੱਲੋਂ ਕੀਤਾ ਜਾ ਰਿਹਾ ਇੰਤਜ਼ਾਰ, ਜਿਹਨਾਂ ਨੇ ਪੂਰਾ ਦੌਰ ਹੰਢਾਇਆ ਇਹ ਖੁਦ ਦੇ ਉੱਤੇ। ਮੈਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਕਿ ਅੱਜ ਅਸੀਂ ਕਿਸੇ ਧਰਮ ਵਿਸ਼ੇਸ਼ ਦਾ ਜ਼ਿਕਰ ਨਾ ਕਰੀਏ ਕਿ ਉਸ ਧਰਮ ਦੇ ਨਾਲ ਜਾਂ ਇਸ ਧਰਮ ਦੇ ਨਾਲ, ਪਰ ਗੱਲ ਇਹ ਹੈ ਕਿ ਜੇ 92 ਤੋਂ ਲੈ ਕੇ ਹੁਣ ਤੱਕ ਇਨਸਾਫ਼ ਨਹੀਂ ਹੋਇਆ, ਸਵਾਲ ਤਾਂ ਬਹੁਤ ਸਾਰੇ ਉੱਠਦੇ ਨੇ। ਮੇਰਾ ਸਵਾਲ ਸ਼ੁਰੂਆਤ ਇੱਥੋਂ ਹੈ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਤੁਸੀਂ ਸੁਣਿਆ ਹੋਏਗਾ, ਉਹ ਸਵਾਲ ਚੁੱਕ ਰਹੇ ਨੇ, ਸਵਾਲ ਚੁੱਕਦੇ ਨੇ ਕਿ 30-31 ਸਾਲ ਚੁੱਪ ਕਿਉਂ ਰਹੇ, ਉਸ ਤੋਂ ਬਾਅਦ ਕਰੀਬ 25 ਸਾਲ ਹੋ ਗਏ ਜਦੋਂ ਇਨਕੁਆਇਰੀ ਦੀ ਰਿਪੋਰਟ ਆ ਚੁੱਕੀ ਸੀ, ਉਸ ਤੋਂ ਬਾਅਦ ਲੋਕ ਚੁੱਪ ਕਿਉਂ ਰਹੇ। ਉਹਨਾਂ ਨੇ ਨਾਮ ਨਹੀਂ ਲਿਆ ਤੁਹਾਡਾ ਜਾਂ ਤੁਹਾਡੀ ਪਾਰਟੀ ਦਾ, ਪਰ ਉਹਨਾਂ ਦਾ ਇਸ਼ਾਰਾ ਉਸ ਵਾਲੇ ਪਾਸੇ ਹੀ ਸੀ ਕਿ ਜਿਹੜੇ ਸੱਤਾ ਦੇ ਵਿੱਚ ਰਹੇ ਨੇ, ਜਿਹੜੇ ਅੱਜ ਖੂਬ ਇਸ ਗੱਲ ਦੇ ਉੱਤੇ ਸਵਾਲ ਚੁੱਕ ਰਹੇ ਨੇ, ਪਰ ਉਹ ਚੁੱਪ ਰਹੇ ਨੇ। ਕੀ ਕਹਿਣਾ ਚਾਹੋਗੇ ਕਿ ਇਸ ਪੂਰੇ ਕੇਸ ਦੇ ਵਿੱਚ ਕਿੱਥੇ ਕੁਤਾਹੀ ਹੋਈ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਕਿ ਪੂਰਾ ਮਾਮਲਾ ਅੱਗੇ ਵੱਧ ਨਹੀਂ ਸਕਿਆ? ਦੇਖੋ ਗੌਰਵ, ਸਭ ਤੋਂ ਪਹਿਲੀ ਤੇ ਗੱਲ ਹੈ ਕਿ ਜਿਹਨੇ ਜਿਹਨੇ ਉਸ ਜ਼ੁਲਮ ਦੀ ਹਨੇਰੀ ਨੂੰ ਨੇੜਿਓਂ ਦੇਖਿਆ ਹੈ ਜੀ, ਤੇ ਜੋ ਕੁਛ ਉਦੋਂ ਵਾਪਰਿਆ ਤੇ ਵਾਪਰਦਾ ਰਿਹਾ ਆ, ਉਹ ਕਹਿਰ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਫਿਰ ਇਹ ਕੋਈ ਇੱਕ ਦਿਨ ਦੀ ਕਹਾਣੀ ਨਹੀਂ ਸੀ, ਜਾਂ ਇੱਕ ਦਿਨ ਦੀ ਇੱਕ ਕਹਾਣੀ ਨਹੀਂ ਸੀ, ਪਤਾ ਨਹੀਂ ਇਸ ਤਰ੍ਹਾਂ ਦੀਆਂ ਇੱਕ ਦਿਨ ਦੇ ਵਿੱਚ ਕਿੰਨੀਆਂ ਕੁ ਕਹਾਣੀਆਂ ਵਾਪਰਦੀਆਂ ਸੀਗੀਆਂ। ਮਾਵਾਂ ਦੇ ਪੁੱਤ ਮਾਵਾਂ ਦੇ ਸਾਹਮਣੇ, ਭੈਣਾਂ ਦੇ ਸਾਹਮਣੇ ਵੀਰ ਚੁੱਕੇ ਜਾਂਦੇ ਸੀ, ਲੋਕਾਂ ਦੇ ਸਾਹਮਣੇ ਸ਼ਰੇਆਮ ਸਿੱਖ ਨੌਜਵਾਨਾਂ ਨੂੰ ਚੁੱਕਿਆ ਜਾਂਦਾ ਸੀ, ਤੇ ਤਸੀਹੇ ਕੇਂਦਰਾਂ ਚ ਕੋ ਕੋ ਕੇ ਅਖੀਰ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀਗਾ, ਤੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਦਿੱਤਾ ਜਾਂਦਾ ਸੀਗਾ। 25,000 ਲਾਸ਼ਾਂ ਦੀ ਭਾਈ ਜਸਵੰਤ ਸਿੰਘ ਖਾਲੜਾ ਹੋਈ ਵੀ ਗੱਲ ਕਰਦੇ ਕਰਦੇ ਦੁਨੀਆਂ ਤੋਂ ਚਲੇ ਗਏ। ਹੁਣ ਦੁੱਖ ਇਸ ਗੱਲ ਦਾ ਹੈ ਕਿ ਇੱਕ ਉਹ ਸ਼ਖਸੀਅਤ ਦਾ ਕੇਸ ਜੀ ਸਾਹਮਣੇ ਆਇਆ, ਜਿਹੜੀ ਪੰਥ ਦੇ ਵਿੱਚ ਬੜੀ ਸਤਿਕਾਰਤ ਹਸਤੀ ਹੈ, ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ। ਭਾਵੇਂ ਕਿ ਮੇਰੇ ਉਹ ਜੇਲ੍ਹ ਦੇ ਸਮੇਂ 'ਚ ਹੀ ਜਥੇਦਾਰ ਬਣੇ, ਤੇ ਜੇਲ੍ਹ ਦੇ ਸਮੇਂ ਦੇ ਵਿੱਚ ਹੀ ਮੈਂ ਸੀਗਾ ਜਦੋਂ ਉਹ ਚੜ੍ਹਾਈ ਕਰ ਗਏ ਜੀ, ਪਰ ਮੈਨੂੰ ਵੀ ਉਹਨਾਂ ਦੇ ਨਾਲ ਨਾਭਾ ਜੇਲ੍ਹ ਦੇ ਵਿੱਚ ਕੁਝ ਦਿਨ ਮੈਨੂੰ ਉਹਨਾਂ ਦੇ ਨਾਲ ਸਾਂਝੇ ਕਰਨ ਦਾ ਮੌਕਾ ਮਿਲਿਆ, ਕਿਉਂਕਿ ਮੈਨੂੰ ਤਿਹਾੜ ਜੇਲ੍ਹ ਤੋਂ ਕੁਛ ਦਿਨਾਂ ਲਈ ਇਮਤਿਹਾਨ ਵਾਸਤੇ ਨਾਭਾ ਜੇਲ੍ਹ ਦੇ ਵਿੱਚ ਮੇਰਾ ਪ੍ਰੀਖਿਆ ਕੇਂਦਰ ਸੀਗਾ, ਮੈਨੂੰ ਸ਼ਿਫਟ ਕੀਤਾ ਗਿਆ ਸੀਗਾ ਜੀ। ਹੁਣ ਗੱਲ ਇਹ ਕਿ ਕੋਈ ਦਰਾਵਾਂ ਨਹੀਂ ਗਿਆ ਕਿ ਆਪਾਂ ਵੀ ਬੜੇ ਲੰਬੇ ਸਮੇਂ ਤੋਂ ਸੁਣਦੇ ਹਾਂ ਕਿ ਇੱਕ BP ਤਿਵਾੜੀ ਦੀ ਇਨਕੁਆਇਰੀ ਹੈ, ਰਿਪੋਰਟ ਹੈ, ਤੇ ਮੇਰੇ ਵਰਗਿਆਂ ਦੇ ਮਨ 'ਚ ਸੀ ਯਾਰ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ। ਬਿਲਕੁਲ, ਮੈਂ ਵੀ ਇਸ ਗੱਲ ਨਾਲ, ਕਿਉਂਕਿ ਸਾਡੇ ਮਨ 'ਚ ਵੀ ਆਉਂਦਾ ਸੀਗਾ ਔਰ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਸੀ ਜੀ। ਤੇ ਗੱਲ ਮੁੱਕਦੀ ਜੀ ਹੈ ਕਿ ਮੇਰੇ ਮਨ 'ਚ ਵੀ BP ਤਿਵਾੜੀ ਜੀ ਹੋਰਾਂ ਪ੍ਰਤੀ ਬੜੀ ਰਿਸਪੈਕਟ ਸੀ ਕਿ ਇੱਕ ਆਫਿਸਰ ਨੇ ਉਸ ਜ਼ਮਾਨੇ 'ਚ ਜੀ ਜਦੋਂ ਪੁਲਿਸ ਦੀ ਅੰਨੀ ਮੱਚੀ ਸੀ ਤੇ ਪੁਲਿਸ ਰੱਬ ਬਣ ਕੇ ਬੈਠੀ ਸੀ, ਇੱਕ ਦੂਜੇ ਨੂੰ ਪ੍ਰੋਟੈਕਟ ਕਰਦੀ ਸੀ, ਠੀਕ ਹੈ, ਤੇ ਯਾਰ BP ਤਿਵਾੜੀ ਵਰਗਾ ਇੱਕ IPS ADGP ਆਫਿਸਰ ਸੀਗਾ
ਜਿਹਨੇ ਭਾਈ ਗੁਰਦੇਵ ਸਿੰਘ ਦੇ ਉਸ ਕੇਸ ਨੂੰ ਜਾਂਚ ਕਰਕੇ ਐ ਨੰਗਿਆ ਕਰਤਾ। ਹਾਂਜੀ ਜੀ, ਤੇ ਇਹ ਸਾਰੀ ਇੱਕ ਪਿਕਚਰ ਮੇਰੇ ਦਿਮਾਗ ਚ ਸੀ, ਤੁਹਾਡੇ ਚ ਵੀ ਹੋਊ, ਬਾਕੀਆਂ ਦੇ ਵੀ ਹੋਊਗੀ। ਪਰ ਮੈਨੂੰ ਦੁੱਖ ਉਦੋਂ ਹੋਇਆ, ਉਦੋਂ ਮੇਰਾ ਮੱਥੇ ਨੂੰ ਹੱਥ ਵੱਜਾ ਜਦੋਂ ਮੈਂ ਬੀਪੀ ਤਿਵਾੜੀ ਹੋਰਾਂ ਦੀ ਰਿਪੋਰਟ ਪੜ੍ਹੀ ਹੈ। ਠੀਕ ਹੈ, ਹੁਣ ਕੀ ਹੈ ਕਿ ਜਿਹੜੀ ਬੀਪੀ ਤਿਵਾੜੀ ਹੋਰਾਂ ਨੂੰ ਰਿਪੋਰਟ ਜਾਂਚ ਦਿੱਤੀ ਗਈ ਜੀ, ਉਹਦਾ ਵਿਸ਼ਾ ਇਹ ਸੀ ਕਿ ਭਾਈ ਗੁਰਦੇਵ ਸਿੰਘ ਕੌਂਕੇ ਸਾਬਕਾ ਸਾਈਂ ਮੁਕਾਮ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੈਰ ਕਾਨੂੰਨੀ ਤੌਰ ਤੇ ਮਿਤੀ 25/12/92 ਨੂੰ ਉਸਦੇ ਪਿੰਡੋਂ ਗ੍ਰਿਫ਼ਤਾਰ ਕੀਤਾ ਗਿਆ। ਮਿਤੀ 25/12/92 ਤੋਂ 1/1/93 ਤੱਕ ਗੈਰ ਕਾਨੂੰਨੀ ਢੰਗ ਨਾਲ ਪੁਲਿਸ ਦੇ ਹਿਰਾਸਤ ਵਿੱਚ ਰੱਖ ਕੇ ਤਸੀਹੇ ਦੇ ਕੇ ਮਾਰ ਦਿੱਤਾ ਗਿਆ। ਠੀਕ ਹੈ, ਤਸੀਹੇ ਦੇ ਕੇ ਮਾਰ ਦਿੱਤਾ ਗਿਆ ਦੀ ਇਨਕੁਆਇਰੀ ਕਰਨੀ ਸੀ ਬੀਪੀ ਤਿਵਾੜੀ ਜੀ ਨੇ। ਠੀਕ ਹੈ, ਤੇ ਕਿਸ ਤਰ੍ਹਾਂ ਉਹਨਾਂ ਨੂੰ ਤਸੀਹੇ ਦਿੱਤੇ ਗਏ, ਕਿਸ ਤਰ੍ਹਾਂ ਉਹਨਾਂ ਨੂੰ ਮਾਰ ਦਿੱਤਾ ਗਿਆ, ਕਿਵੇਂ ਉਹਨਾਂ ਨੂੰ ਖਪਾ ਦਿੱਤਾ ਗਿਆ, ਕਿਵੇਂ ਉਹਨਾਂ ਨੂੰ ਰੋੜ ਦਿੱਤਾ ਗਿਆ। ਪਰ ਦੁੱਖ ਹੈ ਕਿ ਦੁਸ਼ਟ ਸਵਰਨਾ ਘੋਟਨਾ ਜਾਂ ਜਿਹੜਾ ਉਸ ਸਮੇਂ DGP ਸੀ ਪੰਜਾਬ ਦਾ, KPS ਗਿੱਲ, ਠੀਕ ਹੈ, ਤੇ ਪਤਾ ਨੀ ਇਹੋ ਜਿਹੇ ਹੋਰ ਆਫੀਸਰ ਜਿਹੜੇ ਸੀਗੇ, ਕੋਈ ਬਿਰਲਾ ਹੀ ਬਚਿਆ ਹੋਊ ਜਿਹਦੇ ਸਿੱਖ ਨੌਜਵਾਨਾਂ ਦੇ ਖੂਨ ਦੇ ਨਾਲ ਹੱਥ ਨੀ ਰੰਗੇ ਹੋਣਗੇ, ਤੇ ਉਹ ਜਿਹੜਾ ਜਾਂਚ ਕਰਨ ਵਾਸਤੇ ਦਿੱਤਾ ਸੀਗਾ, ਠੀਕ ਹੈ, ਵੀ ਬੀਪੀ ਤਿਵਾੜੀ ਕਰੂਗਾ, ਵੀ ਉਹਨਾਂ ਨੂੰ ਤਸੀਹੇ ਦੇ ਦੇ ਕੇ ਮਾਰ ਦਿੱਤਾ ਗਿਆ, ਇਹਦੀ ਸਾਰੀ ਜਾਂਚ ਕਰੇ, ਠੀਕ ਹੈ, ਜਿਹੜੇ IPS ਬੀਪੀ ਤਿਵਾੜੀ ਜੀ ਜੀ ਕੰਪਲੀਟ ਕਰ ਲੋ ਵਿਡਵਾ ਸਾਹਿਬ। ਪਰ ਜਦੋਂ ਉਹ ਜਾਂਚ ਕਰਕੇ ਰਿਪੋਰਟ ਦਿੰਦੇ ਨੇ ਜੀ, ਤੁਹਾਨੂੰ ਦੁੱਖ ਹੋਏਗਾ ਕਿ ਉਹ ਜਿੰਨੇ ਗਵਾਹ ਉਹਨਾਂ ਦੇ ਸਾਹਮਣੇ ਆਏ ਉਹ ਸਾਰਿਆਂ ਨੂੰ ਝੂਠਿਆਂ ਸਾਬਤ ਕਰਦੇ ਆ, ਤੇ ਅਖੀਰ ਤੇ ਜਿਹੜੀ ਸਿੱਟਾ ਰਿਪੋਰਟ ਹੈ ਉਹਦੇ ਵਿੱਚ ਉਹ ਕਹਿੰਦੇ ਕਿ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਜੀ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰ ਕੁੱਟ ਕੇ ਮਾਰ ਦਿੱਤਾ। ਠੀਕ ਹੈ, ਹੁਣ ਜਾਂਚ ਤੇ ਮਾਰ ਕੁੱਟ ਕਰਨ ਦੀ ਤੇ ਮਾਰਨ ਦੀ ਸੀਗੀ, ਬਾਕੀ ਤੇ ਸਾਰਿਆਂ ਦੇ ਸਾਹਮਣੇ ਹੀ ਸੀਗਾ। ਹਾਂਜੀ, ਉਹਨਾਂ ਨੂੰ ਘਰੋਂ ਲਿਜਾਣ ਦਾ, ਉਹਨਾਂ ਤੇ ਝੂਠਾ ਕੇਸ ਪਾਉਣ ਦਾ, ਝੂਠੇ ਕੇਸਾਂ ਦਾ ਤੇ ਉਦੋਂ ਆਮ ਇੱਕ ਪ੍ਰਚਲਨ ਸੀਗਾ। ਠੀਕ ਹੈ, ਉਦੋਂ ਸਾਰਾ ਕੁਛ ਸੀਗਾ, ਜਿਸ ਮਕਸਦ ਵਾਸਤੇ ਜਾਂਚ ਦਿੱਤੀ ਸੀ ਬੀਪੀ ਤਿਵਾੜੀ ਨੂੰ, ਤੇ ਬੀਪੀ ਤਿਵਾੜੀ ਜੀ ਨੂੰ ਸਾਡੇ ਵਰਗੇ ਵੀ ਮਨ ਚ ਇੱਕ ਪਿਕਚਰ ਬਣਾ ਕੇ ਬੈਠੇ ਸੀ ਵੀ ਵਧੀਆ ਹੀ ਆਫੀਸਰ ਹੈ ਯਾਰ, ਪੁੱਜਣਾ ਚਾਹੀਦਾ ਹੈ, ਜਿਹਨੇ ਰਿਪੋਰਟ ਬਣਾ ਕੇ ਦਿੱਤੀ ਹੈ। ਪਰ ਅੱਜ ਜਦੋਂ ਰਿਪੋਰਟ ਪੜ੍ਹਦੇ ਹੈ, ਠੀਕ ਹੈ, ਤੇ ਦੁੱਖ ਹੁੰਦਾ ਹੈ ਕਿ ਬੀਪੀ ਤਿਵਾੜੀ ਵੀ DGP ਕੇਪੀਐਸ ਥੋੜਾ ਕਲੀਅਰ ਕਰੋ, ਮੈਂ ਬਿਲਕੁਲ ਐਂਡ ਦੇ ਵਿੱਚ ਜਾ ਕੇ ਇਸ ਰਿਪੋਰਟ ਦੀ ਇੱਕ ਕਾਪੀ ਮੇਰੇ ਕੋਲ ਹੈ, ਜੇ ਕੁਝ ਗਲਤ ਹੋਵੇ ਤਾਂ ਦੱਸਿਓ। ਰਿਪੋਰਟ ਦੇ ਵਿੱਚ ਲਿਖਿਆ ਗਿਆ ਹੈ ਕਿ ਸਾਰੇ ਤੱਥਾਂ ਦੀ ਪੜਤਾਲ ਤੋਂ ਇਹ ਪਾਇਆ ਗਿਆ ਕਿ ਉਸ ਵਕਤ ਦੇ SHO ਇੰਸਪੈਕਟਰ ਗੁਰਮੀਤ ਸਿੰਘ ਦੇ ਖਿਲਾਫ ਨਜਾਇਜ਼ ਪੁਲਿਸ ਹਿਰਾਸਤ ਦੇ ਵਿੱਚ ਰੱਖਣ ਅਤੇ ਝੂਠਾ ਰਿਕਾਰਡ ਬਣਾਇਆ ਆਦਿ ਦੋਸ਼ਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰਨਾ ਉਚਿਤ ਹੋਵੇਗਾ ਅਤੇ ਸਾਬਕਾ ਫੌਜਦਾਰੀ ਬਕਾਇਦਾ ਤਫਤੀਸ਼ ਕੀਤੀ ਜਾਵੇ। ਇਸ ਤਫਤੀਸ਼ ਦੇ ਦੌਰਾਨ ਬਾਕੀ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਕਾਰਨਾਮਿਆਂ ਦੀ ਵੀ ਜਾਂਚ ਕੀਤੀ ਜਾਵੇ ਅਤੇ ਪੁਲਿਸ ਆਪਣੀ ਰਿਪੋਰਟ ਦਫਾ 173 ਜਾਬਤਾ ਫੌਜਦਾਰੀ ਅਦਾਲਤ ਦੇ ਵਿੱਚ ਪੇਸ਼ ਕਰੇ। ਇਸ ਦੇ ਵਿੱਚ ਤਾਂ ਉਹ ਕਹਿ ਰਹੇ ਨੇ ਕਿ ਮੁਕੱਦਮਾ ਦਰਜ ਹੋਣਾ ਚਾਹੀਦਾ ਤਤਕਾਲੀ SHO ਦੇ ਉੱਤੇ ਗੁਰਮੀਤ ਸਿੰਘ ਤੇ। ਨਹੀਂ, ਇਹ ਕੋਈ ਦਰਾਵਾ ਨਹੀਂ ਗਿਆ ਜੀ, ਜਿਹੜੀ ਉਹਨਾਂ ਰੈਕਮੈਂਡੇਸ਼ਨ ਕੀਤੀ ਹੈ ਤੇ ਗੈਰ ਕਾਨੂੰਨੀ ਹਿਰਾਸਤ ਚ ਰੱਖਣਾ ਜੀ, ਝੂਠਾ ਰਿਕਾਰਡ ਤਿਆਰ ਕਰਨਾ, ਠੀਕ ਹੈ, ਤੇ ਮਿਸਕੰਡਕਟ ਜਿਹੜਾ ਹੈ
ਉਹ ਵੀ ਕਹਿੰਦੇ ਕਿ ਕ੍ਰਿਮੀਨਲ ਨਹੀਂ ਹੈ ਉਹ, ਉਹ ਵਿਭਾਗੀ ਜਿਹੜਾ ਆ ਉਹ ਡਿਪਾਰਟਮੈਂਟਲ ਜਿਹੜਾ ਆ ਕੁਤਾਹੀ ਹੈ, ਉਹਨੂੰ ਕ੍ਰਿਮੀਨਲ ਵੀ ਨਹੀਂ ਕਹਿੰਦੇ, ਤੁਸੀਂ ਪੜੋਗੇ ਜਦੋਂ ਸਾਰੀ ਠੀਕ ਹੈ। ਇਹ ਤਿੰਨ ਚੀਜ਼ਾਂ ਤਾਂ ਪਹਿਲਾਂ ਹੀ ਪਤਾ ਸੀਗੀਆਂ, ਇਹਦਾ ਤੇ ਰੌਲਾ ਨਹੀਂ ਸੀ। ਮਾਫੀ ਚਾਹੁੰਦਾ ਇੱਕ ਮਿੰਟ, ਠਹਿਰੋ ਜੀ ਇੱਕ ਮਿੰਟ, ਰੌਲਾ ਤੇ ਇਸ ਗੱਲ ਦਾ ਸੀਗਾ ਜੀ, ਜਿਹੜੀ ਇਨਕੁਆਇਰੀ ਦਿੱਤੀ ਗਈ ਸੀ, ਤੁਸੀਂ ਇਨਕੁਆਇਰੀ ਦਾ ਫਸਟ ਪੇਜ ਕੱਢੋ ਜਿਹਦੇ ਵਿੱਚ ਇਸ ਮਕਸਦ ਲਈ ਇਨਕੁਆਇਰੀ ਦਿੱਤੀ ਸੀਗੀ, ਜਦੋਂ ਮਕਸਦ ਹੀ ਨਹੀਂ ਪੂਰਾ ਕੀਤਾ ਤੇ ਫਿਰ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ 2010 ਤੋਂ ਇਹ ਆਰਟੀਆਈ ਦੇ ਤਹਿਤ ਠੀਕ ਹੈ, ਜਿੰਨੇ ਵੀ ਕਿਸੇ ਨੇ ਰਿਪੋਰਟ ਲਈ ਹੈ ਤੇ 13 ਸਾਲ ਕਿਉਂ ਨੱਪ ਕੇ ਰੱਖੀ ਜੀ। ਠੀਕ ਹੈ, ਚਲੋ ਇੱਕ ਇੱਕ ਮੈਂ ਤੁਹਾਡੇ ਕੋਲ ਵਾਪਸ ਆਉਣਾ। ਦੇਖੋ ਗੱਲ ਇਹ ਹੈ ਕਿ ਰਿਪੋਰਟ ਜੇਕਰ ਉਸ ਸਮੇਂ ਦੀ ਇਨਕੁਆਇਰੀ ਨਹੀਂ ਹੋਈ ਤਾਂ ਕਿ ਉਸ ਤੋਂ ਬਾਅਦ ਕੋਈ ਪਰਚਾ ਦਰਜ ਹੋਇਆ, ਜੇ ਮੁਕੱਦਮਾ ਦਰਜ ਕਰਨ ਦੀ ਸਿਫਾਰਿਸ਼ ਸੀ ਕਿ ਉਹ ਹੋਇਆ ਦਰਜ ਜਾਂ ਨਹੀਂ ਹੋਇਆ। ਮੈਂ ਇਸ ਦੇ ਉੱਤੇ ਥੋੜ੍ਹਾ ਜਿਹਾ ਗੱਲਬਾਤ ਕਰਾਂਗਾ, ਥੋੜ੍ਹੇ ਇੰਤਜ਼ਾਰ ਹੋਰ ਕਰਿਓ। ਸਾਡੇ ਨਾਲ ਸਰਬਜੀਤ ਵੇਰਕਾ ਜੀ ਜੁੜ ਚੁੱਕੇ ਨੇ, ਸਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਸਰਬਜੀਤ ਵੇਰਕਾ ਜੀ ਥੋੜ੍ਹਾ ਜਿਹਾ ਸਮਝਾਓ ਕਿ ਇਸ ਇਸ ਰਿਪੋਰਟ ਦੇ ਵਿੱਚ ਜਿਹੜੇ ਤੱਥਾਂ ਦਾ ਜ਼ਿਕਰ ਹੋ ਰਿਹਾ ਕਿ ਇਸ ਰਿਪੋਰਟ ਦੇ ਮੁਤਾਬਿਕ ਕਾਉਂਕੇ ਜਿਹਦਾ ਕਤਲ ਕੀਤੇ ਜਾਣ ਦੀ ਕੋਈ ਗੱਲ ਨਹੀਂ ਹੈ, ਕਲੀਅਰ ਥੋੜ੍ਹਾ ਜਿਹਾ ਸਮਝਾਓ ਕਿ ਇਸ ਰਿਪੋਰਟ ਨੂੰ ਕਿਵੇਂ ਸਮਝਿਆ ਜਾਵੇ ਅਤੇ ਕੀ ਕਹਿੰਦੀ ਹੈ ਇਹ ਰਿਪੋਰਟ। ਵੇਖੋ ਜਿਹੜੀ ਇਹ ਰਿਪੋਰਟ ਆ, ਇਹ ਜਿਹੜੀ ਸਾਹਮਣੇ ਆਈ ਹੈ, ਜਿਹੜੀ 2010 ਚ ਆਰਟੀਆਈ ਚ ਦਿੱਤੀ ਗਈ ਹੈ, ਇਹ ਇੱਕ ਸਿਰਫ ਇੱਕ ਪਾਰਟ ਆ ਛੋਟਾ ਜਿਹਾ, ਜਿਹੜੀ ਇਹ ਕੰਪਲੀਟ ਰਿਪੋਰਟ ਆ ਜਿਹਦੇ ਨਾਲ ਐਵੀਡੈਂਸ ਸੀ, ਇਹ ਕਮ ਸੇ ਕਮ 500 ਪੇਜ ਦੀ ਰਿਪੋਰਟ ਆ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਦੇ ਸਬੂਤ ਉਹਦੇ ਵਿੱਚ ਮੌਜੂਦ ਆ, ਉਹਨਾਂ ਨੂੰ ਚੁੱਕਣ ਬਾਰੇ ਕਰੀਬ 40 ਜਿਹੜੇ ਵਿਟਨੈਸ ਆ ਉਹਨਾਂ ਦੇ ਪਿੰਡ ਦੇ, ਜਿਨ੍ਹਾਂ ਦੇ ਸਾਹਮਣੇ ਚੱਕਿਆ ਗਿਆ ਸੀ, 200 ਦੇ ਕਰੀਬ ਉਹਨਾਂ ਨੇ ਦੱਸਿਆ ਵੀ 200 ਦੇ ਕਰੀਬ ਲੋਕ ਹੀ ਉਸ ਟਾਈਮ ਗੁਰਦੁਆਰਾ ਸਾਹਿਬ 'ਚ ਜਿੱਥੇ ਉਹ ਕਥਾ ਕਰ ਰਹੇ ਸੀ, ਉਹਨਾਂ 'ਚੋਂ 40 ਲੋਕਾਂ ਦੀ ਉਹਨਾਂ ਨੇ ਸਟੇਟਮੈਂਟ ਰਿਕਾਰਡ ਕੀਤੀ, ਜਿਹੜੇ ਆਈ ਵਿਟਨੈਸ ਸੀ ਉਹਨਾਂ ਦੇ ਪਰਿਵਾਰ ਦੀ ਸਟੇਟਮੈਂਟ ਰਿਕਾਰਡ ਕੀਤੀ, ਉਹਨਾਂ ਦੀ ਵਾਈਫ ਅਤੇ ਉਹਨਾਂ ਦੇ ਬੱਚਿਆਂ ਦੀ ਸਟੇਟਮੈਂਟ ਰਿਕਾਰਡ ਕੀਤੀ, ਜਿਨ੍ਹਾਂ ਨੇ ਉਹਨਾਂ ਨੂੰ ਹਵਾਲਾਤ ਦੇ ਵਿੱਚ ਰੋਟੀ ਪਾਣੀ ਅਤੇ ਕੱਪੜੇ ਦੇ ਕੇ ਆਉਂਦੇ ਰਹੇ। ਠੀਕ ਹੈ, ਉਹ ਤੋਂ ਬਾਅਦ 'ਚ ਉਹਨਾਂ ਦੀ ਜਿਹੜੀ ਪੁਲਿਸ ਦੀਆਂ ਦੋ ਫਾਈਲਾਂ, ਇੱਕ 181 ਨੰਬਰ ਐੱਫ ਆਈ ਆਰ ਥਾਣਾ ਸਦਰ ਜਗਰਾਓਂ ਅਤੇ ਦੂਸਰੀ ਜਿਹੜੀ 1 ਨੰਬਰ ਐੱਫ ਆਈ ਆਰ ਜਿਹੜੀ ਸਿਧਵਾਂ ਬੇਟ ਦੀ, ਜਿਹੜਾ ਬੀਪੀ ਤਿਵਾੜੀ ਉਹਨਾਂ ਨੇ ਆਪਣੀ ਫਾਈਂਡਿੰਗ 'ਚ ਲਿਖਿਆ ਵੀ ਇਹ ਦੋਵੇਂ ਕੇਸ ਜਿਹੜੇ ਉਹਦੇ ਰਿਗਾਰਡਿੰਗ ਫਾਲਸ ਰਿਕਾਰਡ ਤਿਆਰ ਕੀਤਾ ਵਾ। ਜਿਹੜੀ ਆਪਾਂ ਇਹ ਗੱਲ ਕਰਦੇ ਹਾਂ ਵੀ ਉਹਨਾਂ ਨੂੰ ਉਹਨਾਂ ਨੇ ਤਸੀਹੇ ਜਾਂ ਉਹਨਾਂ ਦੀ ਮੌਤ ਬਾਰੇ ਕੁਝ ਨਹੀਂ ਲਿਖਿਆ, ਉਹ ਟੈਕਨੀਕਲੀ ਗੱਲਾਂ ਨੂੰ ਵੇਖੋ, ਉਦੋਂ ਤੱਕ ਪੁਲਿਸ ਨੇ ਇੱਕ ਕੋਰਟ ਦੇ ਵਿੱਚ ਉਹਨਾਂ ਨੂੰ ਭਗੌੜੇ ਕਰਾਰ ਦੇ ਦਿੱਤਾ ਸੀ 1995 'ਚ, ਧਰਮ ਸਿੰਘ ਜੱਜ ਸੀ ਉਦੋਂ, ਉਹਨਾਂ ਦੇ ਥਰੂ ਉਹਨਾਂ ਨੇ ਕੋਰਟ ਪੁਲਿਸ ਨੇ ਆਪਣੀਆਂ ਪ੍ਰੋਸੀਡਿੰਗ ਕਰਕੇ ਪਹਿਲਾਂ ਉਹਨਾਂ ਨੇ ਜਿਹੜੀ ਮਰਡਰ ਦੀ ਇੱਕ ਕੇਸ ਸੀ 3 ਅਣਪਛਾਤੇ ਲੋਕਾਂ ਦੇ ਖਿਲਾਫ ਇੱਕ ਮਰਡਰ ਦਾ ਕੇਸ ਦਰਜ ਹੋਇਆ ਸੀ, ਉਹਦੀ ਜਗ੍ਹਾ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਨੋਮੀਨੇਟ ਕੀਤਾ, ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਦੋਸ਼ੀ ਬਣਾ ਕੇ ਫਿਰ ਉਹਨਾਂ ਦੀ ਇੱਕ ਕਨਫੈਸ਼ਨਲ ਸਟੇਟਮੈਂਟ ਰਿਕਾਰਡ ਕੀਤੀ 2/1993 ਨੂੰ। ਠੀਕ ਹੈ, ਹੁਣ ਹੈਰਾਨੀ ਦੀ ਗੱਲ ਹੈ ਵੀ 1/1993 ਨੂੰ ਤੇ ਉਹਨਾਂ ਨੂੰ ਮਾਰ ਵੀ ਦਿੱਤਾ, ਉਹਨਾਂ ਦੇ ਟੋਟੇ ਕਰਕੇ ਦਰਿਆ 'ਚ ਵਹਾ ਵੀ ਦਿੱਤੇ ਗਏ, 2/1993 ਨੂੰ ਇੱਕ ਜਾਲੀ ਕਾਗਜ਼ ਤਿਆਰ ਕੀਤਾ ਵੀ ਉਹਨਾਂ ਨੇ ਕੌਂਕੇ ਸਾਹਿਬ ਨੇ ਉਹਨਾਂ ਕੋਲ ਪੁਲਿਸ ਕੋਲੇ ਮੰਨਿਆ। ਸਰ ਜੀ ਜੀ, ਇੱਕ ਨੂੰ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ, ਇਸ ਗੱਲ ਦੇ ਕੋਈ ਪ੍ਰਮਾਣ ਹੈ, ਕੋਈ ਤੱਥ ਹੈਗੇ ਨੇ? ਬਿਲਕੁਲ, ਆਈ ਵਿਟਨੈਸ ਮੌਜੂਦ ਆ, ਦਰਸ਼ਨ ਸਿੰਘ ਮੌਜੂਦ ਆ, ਔਰ ਦੂਸਰੇ ਜਿਹੜੇ ਹਰਚੰਦ ਸਿੰਘ ਆ, ਦੋਵੇਂ ਆਈ ਵਿਟਨੈਸ ਮੌਜੂਦ ਆ, ਤੀਸਰੇ ਬਾਬਾ ਕਾਲਾ ਸਿੰਘ ਮੌਜੂਦ ਆ। ਠੀਕ ਹੈ, ਤਿੰਨਾਂ ਵਿਟਨੈਸ ਨੇ ਇਹ ਕਰਤਾ ਵੀ ਉਸ ਟਾਈਮ ਤੇ ਉਹਨਾਂ ਦਾ ਕੀ ਹਾਲਾਤ ਹੈਗੇ ਸੀ। ਠੀਕ ਹੈ, ਉਹਦੇ ਤੋਂ ਬਾਅਦ 'ਚ ਜਿਹੜੀ ਸਾਰੀ ਫਾਲਸੀਫਿਕੇਸ਼ਨ ਔਰ ਰਿਕਾਰਡ ਆ ਉਹ ਅਫਸਰਾਂ ਨੂੰ ਬਦਲ ਦਿੱਤਾ ਗਿਆ, 2/2 ਨੂੰ ਨਵੀਂ ਕਹਾਣੀ ਸਾਰੀ ਬਣਾਈ, ਜਿਹੜਾ ਮਰਡਰ ਦਾ ਕੇਸ ਸੀ ਉਹਦੇ ਵਿੱਚ ਉਹਨਾਂ ਨੂੰ ਨੋਮੀਨੇਟ ਕੀਤਾ, ਉਹਦੇ ਵਿੱਚ ਕਿਹਾ ਵੀ ਭਾਈ ਕੌਂਕੇ ਨੇ ਇਹ ਕਨਫੈਸ ਕੀਤਾ ਵੀ ਉਹਨਾਂ ਨੇ ਇੱਕ ਅਸਾਲਟ
ਤੇ 200 ਰਾਉਂਡ ਜਿਹੜੇ ਲੁਕੋ ਕੇ ਰੱਖੇ ਆ ਦਰਿਆ ਦੇ ਕੰਢੇ ਤੇ ਕੰਨੀਆਂ ਪਿੰਡ ਦੇ ਲਾਗੇ, ਤੇ ਜਦੋਂ ਅਸੀਂ ਉਹਨਾਂ ਨੂੰ ਉੱਥੇ ਉਹਨਾਂ ਦੀ ਬਰਾਮਦੀ ਕਰਨ ਲਈ ਉਹਨਾਂ ਨੂੰ ਲੈ ਕੇ ਗਏ ਤੇ ਅੱਤਵਾਦੀਆਂ ਨੇ ਹਮਲਾ ਕਰਤਾ। ਹਮਲੇ ਦੇ ਵਿੱਚ ਜਿਹੜਾ ਵਾ ਭਾਈ ਸਾਹਿਬ ਆਪਣੀ ਉਹਦੀ ਬੈਲਟ ਤੋੜ ਕੇ ਤੇ ਉੱਥੋਂ ਭੱਜ ਗਏ। ਹੁਣ ਇਹਦੇ ਵਿੱਚ ਦੂਸਰੀ ਐਫ ਆਈ ਆਰ ਦਰਜ ਹੁੰਦੀ ਹੈ ਜਿਹੜੀ ਖਾੜਕੂਆਂ ਨੇ ਹਮਲਾ ਕੀਤਾ, ਜਿਹੜਾ ਪੁਲਿਸ ਨੇ ਕਹਾਣੀ ਬਣਾਈ ਵੀ ਅੱਤਵਾਦੀਆਂ ਨੇ ਹਮਲਾ ਕੀਤਾ, ਦੂਸਰੀ ਇੱਕ ਨੰਬਰ ਐਫ ਆਈ ਆਰ ਉਹਦੇ ਬਾਬਤ ਆ। ਤੇ ਦੋਵਾਂ ਕੇਸਾਂ 'ਚ ਉਹਨਾਂ ਦੀਆਂ ਪ੍ਰੋਸੀਡਿੰਗ ਚੱਲੀਆਂ, ਕਈ ਪੁਲਿਸ ਅਫਸਰਾਂ ਨੇ ਉਹਦੀ ਤਫਤੀਸ਼ ਕੀਤੀ, ਤਫਤੀਸ਼ੀ ਅਫਸਰ ਹੀ ਐਸ ਐਚ ਓ ਲੈਵਲ, ਇੰਸਪੈਕਟਰ ਲੈਵਲ ਦੇ, ਸਬ ਇੰਸਪੈਕਟਰ ਲੈਵਲ ਦੇ ਉਹਨਾਂ ਤਫਤੀਸ਼ ਕੀਤੀਆਂ ਦੋਵਾਂ ਕੇਸਾਂ 'ਚ। 1995 'ਚ ਭਾਈ ਸਾਹਿਬ ਨੂੰ ਦੋਵਾਂ ਮੁਕਦਮਿਆਂ 'ਚ ਭਗੌੜਾ ਵਿਖਾ ਦਿੱਤਾ, ਫਿਰ ਉਹ ਹਿਸਟਰੀ ਸ਼ੀਟ ਆ ਉਸੇ ਥਾਣੇ ਦੇ ਜਿਹੜਾ ਉਹਨਾਂ ਦਾ ਇਲਾਕੇ ਦਾ ਥਾਣਾ ਉਹਦੇ ਹਿਸਟਰੀ ਸ਼ੀਟ ਰਿਹਾ। ਆਪਾਂ ਇਹ ਗੱਲ ਨੂੰ ਇਹ ਕਿਉਂ ਚੜ੍ਹਾਉਂਦੇ? ਬੀਪੀ ਤਿਵਾੜੀ ਦੀ ਰਿਪੋਰਟ ਨੂੰ ਆਪਾਂ ਕਹਿੰਦੇ ਜੀ ਉਹਨਾਂ ਨੇ ਇਹ ਨੀ ਕਿਹਾ, ਤਸ਼ੱਦਦ ਨੀ ਕਿਹਾ, ਕੀਤਾ ਨੀ, ਇਹ ਰਿਪੋਰਟ 1995 ਜਵਾਬ ਦਿਓ ਸਰਬਜੀਤ ਜੀ, ਕੀ ਬੀਪੀ ਤਿਵਾੜੀ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਐਕਸ਼ਨ ਹੋ ਸਕਦਾ ਸੀ ਜਾਂ ਨਹੀਂ? ਵੇਖੋ ਪ੍ਰਾਈਮਾ ਫੇਸੀ ਕੇਸ ਬਣਦਾ, ਬੀਪੀ ਤਿਵਾੜੀ ਨੇ ਕਿਹਾ ਤਾਂ ਵੀ ਐਫ ਆਈ ਆਰ ਬਣਦੀ ਆ ਉਹਨਾਂ ਦੀ ਕਿਡਨੈਪਿੰਗ ਦੇ ਬਾਰੇ, ਉਹਨਾਂ ਨੂੰ ਇਲੀਗਲ ਕਨਫਾਈਨਮੈਂਟ ਬਾਰੇ ਤੇ ਉਹਨਾਂ ਦੀ ਫਾਲਸੀਫਿਕੇਸ਼ਨ ਆਫ ਰਿਕਾਰਡ ਬਾਰੇ। ਇਮੀਡੀਏਟ ਐਫ ਆਈ ਆਰ ਦਰਜ ਕਰਨੀ ਬਣਦੀ 1999 ਚ, ਉਹਦੇ ਤੋਂ ਅੱਗੇ ਇਨਕੁਆਇਰੀ ਨਹੀਂ ਹੋ ਸਕਦੀ। ਸੀ ਆਰ ਪੀ ਸੀ ਚ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਵੀ ਤੁਸੀਂ ਅਕਰੰਸ ਦੇ ਬਾਰੇ ਕਿਹੇ ਕੋਈ ਕ੍ਰਾਈਮ ਹੋ ਜੇ ਤੇ ਤੁਸੀਂ ਉਹਦੀ ਇਨਕੁਆਇਰੀ ਤੇ ਇਨਕੁਆਇਰੀ ਨਹੀਂ ਕਰ ਸਕਦੇ, ਤੁਹਾਨੂੰ ਤਫਤੀਸ਼ ਕਰਨੀ ਪਊਗੀ, ਇਨਵੈਸਟੀਗੇਸ਼ਨ ਕਰਨੀ ਪਊਗੀ, ਉਹਦੇ ਲਈ ਐਫ ਆਈ ਆਰ ਦਰਜ ਕਰਨਾ ਜ਼ਰੂਰੀ। ਠੀਕ ਹੈ, ਚਲੋ ਮੈਂ ਤੁਹਾਡੇ ਤੋਂ ਵਾਪਸ ਸੁਣਾਵਾਂ ਇੱਕ ਵਾਰ, ਸਾਰੇ ਮਹਿਮਾਨਾਂ ਦਾ ਰੁਖ ਕਰਨਾ। ਸਾਡੇ ਨਾਲ ਦਾਦੂਵਾਲ ਜੀ ਜੁੜੇ ਹੋਏ ਨੇ, ਜਥੇਦਾਰ ਦਾਦੂਵਾਲ ਜੀ ਔਰ ਕੁਲਦੀਪ ਜੀ ਵੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਪਹਿਲਾਂ ਮੈਂ ਇੱਕ ਵਾਰ ਦਾਦੂਵਾਲ ਜੀ ਦਾ ਰੁਖ ਕਰਦਾ। ਦਾਦੂਵਾਲ ਜੀ, ਮੈਂ ਦੋ ਸਵਾਲ ਸਮਝਣਾ ਚਾਹੁੰਦਾ। ਇੱਕ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਟੇਟਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪੁਆਇੰਟ ਨੰਬਰ 2, ਕਿ ਵਾਕਈ ਹੀ 31 ਸਾਲ ਵਾਲੇ ਮੁੱਦੇ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ, ਜਾਂ ਤੁਹਾਨੂੰ ਲੱਗਦਾ ਕਿ ਇਨਕੁਆਇਰੀ ਉਸ ਸਮੇਂ ਅੱਗੇ ਵਧੀ ਨਹੀਂ, ਹੁਣ ਆ ਕੇ ਪੂਰਾ ਮੁੱਦਾ ਚੁੱਕ ਲਿਆ ਗਿਆ? ਕਿਵੇਂ ਇਸ ਪੂਰੇ ਮਾਮਲੇ ਨੂੰ ਤੁਸੀਂ ਦੇਖ ਰਹੇ ਹੋ? ਗੌਰਵ ਜੀ, ਇਹਨਾਂ ਸਵਾਲਾਂ ਦਾ ਜਵਾਬ ਤਾਂ ਮੈਂ ਬਾਅਦ ਚ ਦਿੰਨਾ, ਪਰ ਮੈਨੂੰ ਬਹੁਤ ਵੱਡਾ ਜ਼ਿਆਦਾ ਦੁੱਖ ਹੋ ਰਿਹਾ, ਸ਼ਾਇਦ ਜਿੰਨੇ ਵੀ ਸਰੋਤੇ ਇਸ ਵੇਲੇ ਸੁਣ ਰਹੇ ਹੋਣਗੇ ਪੰਥ ਦਰਦੀ ਜੀ, ਉਹਨਾਂ ਨੂੰ ਵੀ ਇਸ ਗੱਲ ਦਾ ਦੁੱਖ ਹੋ ਰਿਹਾ ਹੋਵੇਗਾ ਕਿ ਚਲੋ ਜਿਨ੍ਹਾਂ ਨੇ ਦੋਸ਼ੀਆਂ ਨੇ ਜਾਬਰ ਹਕੂਮਤ ਦੇ ਜਾਬਰ ਪੁਲਿਸ ਅਫਸਰਾਂ ਨੇ ਕਤਲੇਆਮ ਕੀਤਾ, ਉਹਨਾਂ ਨੂੰ ਸਜਾਵਾਂ ਤਾਂ ਕੀ ਦਵਾਉਣੀਆਂ ਸੀ ਜੀ? ਅੱਜ ਜਿਨ੍ਹਾਂ ਨੇ ਰਿਪੋਰਟ ਦੱਬ ਕੇ ਰੱਖੀ, ਅੱਜ ਉਹਨਾਂ ਨੂੰ ਮੁਕਤ ਕਰਨ ਵਾਸਤੇ ਅੱਜ ਉਹਨਾਂ ਦਾ ਦਲ ਟੀਵੀ ਦੇ ਉੱਤੇ ਬੀਪੀ ਤਿਵਾੜੀ ਦੀ ਰਿਪੋਰਟ ਹੀ ਬਦਲਣ ਤੇ ਲੱਗ ਗਿਆ। ਇਹ ਬਹੁਤ ਵੱਡੀ ਦੁਖਦਾਈ ਗੱਲ ਆ। ਇੱਕ ਪਾਸੇ ਤਾਂ ਜਥੇਦਾਰ ਗਿਆਨੀ ਰਘਵੀਰ ਸਿੰਘ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕਰ ਰਹੇ ਆ ਕਿ ਕਾਨੂੰਨੀ ਕਾਰਵਾਈ ਕਰਾਓ ਦੋਸ਼ੀਆਂ ਤੇ, ਪੰਥਕ ਜਥੇਬੰਦੀਆਂ ਕਹਿ ਰਹੀਆਂ ਨੇ ਜਿਨ੍ਹਾਂ ਨੇ ਰਿਪੋਰਟ ਦੱਬੀ ਉਹਨਾਂ ਤੇ ਧਾਰਮਿਕ ਕਾਰਵਾਈ ਵੀ ਕਰਾਓ 1 ਜਨਵਰੀ ਨੂੰ ਸ਼ਹੀਦੀ ਦਿਹਾੜੇ ਵਾਲੇ ਦਿਨ। ਪਰ ਅੱਜ ਦੁੱਖ ਦੀ ਗੱਲ ਮੈਨੂੰ ਇਹ ਆ, ਅੱਜ ਤੁਹਾਡੇ ਟੀਵੀ ਦੇ ਉੱਤੇ ਡਿਬੇਟ ਦੇ ਵਿੱਚ ਜੀ, ਕਿ ਉਹਨਾਂ ਨੂੰ ਬਚਾਉਣ ਵਾਸਤੇ ਅੱਜ ਬੀਪੀ ਤਿਵਾੜੀ ਦੀ ਰਿਪੋਰਟ ਹੀ ਬਦਲਣ ਦੀ ਕੋਸ਼ਿਸ਼ ਹੋ ਗਈ ਆ। ਲਾਈਵ ਤੁਸੀਂ ਵੀ ਸੁਣਿਆ, ਮੈਂ ਵੀ ਸੁਣਿਆ, ਆ ਵੇਰਕਾ ਸਾਹਿਬ ਬੈਠੇ ਆ, ਉਹਨਾਂ ਨੇ ਸਾਰੀ ਗੱਲ ਦੱਸਤੀ। ਤੁਸੀਂ ਵੀ ਪੜ੍ਹ ਕੇ ਦੱਸਤਾ ਵੀ ਉਹਦੇ ਚ ਲਿਖਿਆ ਤਿਵਾੜੀ ਸਾਹਿਬ ਨੇ ਕਿ ਜਿਹੜੇ ਦੋਸ਼ੀ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ। ਪਰ ਅੱਜ ਦੇ ਚਿੱਟੇ ਦਿਨ ਏਡਾ ਵੱਡਾ ਝੂਠ, ਏਡੀ ਵੱਡੀ ਪੋਲੀਟਿਕਸ, ਏਡੀ ਵੱਡੀ ਸਿਆਸਤ, ਤੇ ਅੱਜ ਆਪਣਾ ਨਾਂ ਵਿੱਚ ਉਹ ਰਿਪੋਰਟ ਨੂੰ ਦਬਾਉਣ ਵਾਲੇ ਪਾਸੇ ਆਉਣ ਲੱਗ ਗਿਆ, ਤੇ ਅੱਜ ਉਹਨਾਂ ਨੂੰ ਬਚਾਉਣ ਵਾਸਤੇ ਨਹੀਂ, ਉਹਨਾਂ ਦਾ ਤਰਕੇ ਵੀ ਮੈਂ ਬਲਟਵਾਲ ਸਾਹਿਬ ਤੋਂ ਜਵਾਬ ਲਊਂਗਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ। ਦਾਦੂਵਾਲ ਜੀ, ਉਹ ਕਹਿ ਰਹੇ ਨੇ ਕਿ ਜਿਹੜਾ ਵਿਸ਼ਾ ਲਿਖਿਆ ਗਿਆ ਨਾ, ਰਿਪੋਰਟ ਦਾ ਵਿਸ਼ਾ ਕੀ ਸੀ? ਰਿਪੋਰਟ ਦਾ ਵਿਸ਼ਾ ਸੀ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਪੁਲਿਸ ਹਿਰਾਸਤ ਦੇ ਵਿੱਚ ਰੱਖ ਕੇ ਤਸੀਹੇ ਦੇ ਕੇ ਮਾਰ ਦਿੱਤਾ ਗਿਆ। ਕਹਿੰਦੇ ਇਸ ਬਾਰੇ ਤਾਂ ਉਹਨੇ ਦੱਸਿਆ ਹੀ ਨਹੀਂ ਕਿ ਤਸੀਹੇ ਦੇ ਕੇ ਮਾਰਿਆ ਕਿ ਨਹੀਂ ਮਾਰਿਆ।
ਆ ਵੇਰਕਾ ਜੀ ਬੈਠੇ ਆ, 10 ਦਿਨਾਂ ਦਾ ਰੌਲਾ ਪਈ ਜਾ ਰਿਹਾ ਵਾ। ਜਥੇਦਾਰ ਅਕਾਲ ਤਖ਼ਤ ਨੇ ਆਦੇਸ਼ ਕਰ ਦਿੱਤੇ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਵੀ ਪੜ੍ਹੀ, ਉਹਨਾਂ ਨੇ ਐਵੇਂ ਆਦੇਸ਼ ਕਰ ਦਿੱਤੇ। ਜਥੇਬੰਦੀਆਂ ਨੇ ਨੀ ਪੜ੍ਹੀ, ਆ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਬੈਠੇ ਇਹਨਾਂ ਨੇ ਨੀ ਪੜ੍ਹੀ, ਜਿਹੜੀ ਰਿਪੋਰਟ ਉਹਨਾਂ ਨੇ ਪੜ੍ਹ ਲਈ ਆ ਜਿਹਨਾਂ ਨੇ ਇਸ ਨੂੰ ਦਬਾ ਕੇ ਰੱਖਿਆ। ਇਹ ਦੁਖਦਾਈ ਗੱਲ ਆ। ਹੁਣ ਮੈਂ ਅਗਲੀ ਗੱਲ ਦਾ ਜਵਾਬ ਦਿੰਦਾ ਕਿ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਨੇ ਜਿਹੜੀ ਗੱਲ ਕਹੀ ਆ ਉਹ ਅੱਜ ਤੁਸੀਂ ਵੀ ਸਮਝ ਰਹੇ ਹੋ, ਅਸੀਂ ਵੀ ਸਮਝ ਰਹੇ ਹਾਂ। ਅਸੀਂ ਤਾਂ ਚਲੋ ਇਹ ਵੀ ਗੱਲ ਸਵਾਗਤ ਕਰਦੇ, ਕੋਈ ਵੀ ਗੱਲ ਪੰਥ ਦੇ ਦਰਦ ਦੀ ਕਰੇ ਤਾਂ ਸਵਾਗਤ ਆ ਕਿ ਦੇ ਰਿਹਾ ਇਹ ਦਰੁਸਤ ਆ। ਚਲੋ ਉਹਨਾਂ ਨੇ ਗੱਲ ਤਾਂ ਕਹੀ ਆ ਕਿ ਪਿਛਲੀਆਂ ਸਰਕਾਰਾਂ ਨੇ ਦੱਬ ਕੇ ਰੱਖੀ, ਕੈਪਟਨ ਅਮਰਿੰਦਰ ਸਿੰਘ ਨੇ ਵੀ ਨੀ ਕੀਤੀ, ਪ੍ਰਕਾਸ਼ ਸਿੰਘ ਬਾਦਲ ਹੋਣਾ ਵੀ ਨੀ ਕੀਤੀ, ਤੇ ਅੱਜ ਭਗਵੰਤ ਸਿੰਘ ਮਾਨ ਦੀ ਸਰਕਾਰ ਆ, ਹੋਣ ਵਾਲੀ ਸਰਕਾਰ ਨੂੰ ਉਹਨਾਂ ਕਿਹਾ ਵੀ ਤੁਸੀਂ ਨਾ ਗਲਤੀ ਕਰਿਓ, ਤੁਸੀਂ ਤਾਂ ਇਹਦਾ ਕੋਈ ਇਨਸਾਫ਼ ਕਰ ਦਿਓ। ਪਰ ਹੁਣ ਇੱਕ ਗੱਲ ਜਿਹੜੀ ਇਹ ਆ ਮੈਂ ਕਹਿਣਾ ਚਾਹੁੰਦਾ, ਇਨਸਾਫ਼ ਅੱਜ ਵੀ ਹੋ ਸਕਦਾ, ਅੱਜ ਵੀ ਜੇ ਕਰਨਾ ਚਾਹੋ ਤੇ ਅੱਜ ਵੀ ਤੇ ਕਾਰਵਾਈ ਹੋਣੀ ਚਾਹੀਦੀ ਆ। ਤਾਂ ਹੀ ਪੰਥ ਨੇ ਪ੍ਰੋਗਰਾਮ ਉਲੀਕੇ ਆ, ਇਹ ਕਾਰਵਾਈ ਕਰਾਉਣ ਵਾਸਤੇ ਮੈਮੋਰੈਂਡਮ ਜਥੇਦਾਰ ਨੂੰ ਦਿੱਤੇ ਆ, ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਕਰਨ ਲਈ ਕਿਹਾ ਵਾ, ਤੇ ਦੂਸਰਾ 9 ਤਰੀਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥਕ ਜਥੇਬੰਦੀਆਂ ਨੇ ਇਕੱਠ ਸੱਦਿਆ ਵਾ, ਤੇ ਦਿੱਲੀ ਕਮੇਟੀ ਨੇ 10 ਤਰੀਕ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਾਲੇ ਸ਼ਹੀਦੀ ਦੇ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਤੁਸੀਂ ਅਹਿਮ ਪੁਆਇੰਟ ਚੁੱਕਿਆ, ਮੈਂ ਬਲਟੋਆ ਸਾਹਿਬ ਤੋਂ ਜਵਾਬ ਲਵਾਂਗਾ। ਪਹਿਲਾਂ ਇੱਕ ਵਾਰ ਮੈਂ ਕੁਲਦੀਪ ਜੀ ਦਾ ਰੁਖ ਕਰ ਲਵਾਂ, ਸਟੂਡੀਓ ਸਾਡੇ ਨਾਲ ਮੌਜੂਦ ਨੇ। ਕੁਲਦੀਪ ਜੀ, ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਸਮਝ ਰਹੇ ਹੋ, ਕਿ ਵਾਕਈ ਕਾਰਵਾਈ ਨਹੀਂ ਹੋਈ ਜਾਂ ਜਿਹੜੀ ਰਿਪੋਰਟ ਹੈ ਬਣਾਈ ਗਈ ਬੀਪੀ ਤਿਵਾੜੀ ਦੇ ਵੱਲੋਂ ਉਸ ਸਮੇਂ ਦੇ IPS ਅਫਸਰ ਸੀ ADGP, ਕਿ ਉਹਨਾਂ ਦੇ ਵੱਲੋਂ ਅਧੂਰਾ ਕੰਮ ਕਰ ਦਿੱਤਾ ਗਿਆ? ਬੇਸਿਕਲੀ ਬਲਟੋਆ ਸਾਹਿਬ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਹੀ ਤਾਂ ਨਿਭਾਈ ਨਹੀਂ, ਤਾਂ ਹੀ ਗੱਲ ਅੱਗੇ ਵਧੀ ਨਹੀਂ ਤਾਂ ਉਸ ਪੂਰੇ ਮਾਮਲੇ ਸ਼ਾਇਦ ਐਕਸ਼ਨ ਹੋ ਜਾਂਦਾ। ਦੇਖੋ ਗੌਰਵ ਜੀ, ਸਾਡੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਹੋਣ ਔਰ ਉਹਨਾਂ ਨੂੰ ਹੀ ਚਿੱਟੇ ਦੇੜ ਚੁੱਕ ਕੇ ਸ਼ਹੀਦ ਕਰ ਦਿੱਤਾ ਜਾਵੇ, ਔਰ ਇੰਨੇ ਸਾਲਾਂ ਬਾਅਦ ਅੱਜ ਅਸੀਂ ਉਹ ਮਸਲੇ ਦੇ ਉੱਤੇ ਸਿਰਫ ਇਹ ਚਰਚਾ ਕਰ ਰਹੇ ਹੋਈਏ ਵੀ ਦੋਸ਼ੀਆਂ ਦੇ ਉੱਤੇ ਕਾਰਵਾਈ ਕਰੋ। ਜਿੱਥੋਂ ਤੱਕ ਬੀਪੀ ਤਿਵਾੜੀ ਦੀ ਰਿਪੋਰਟ ਦੀ ਗੱਲ, ਉਹਨਾਂ ਨੇ ਬਿਲਕੁਲ ਸਿੱਧੀ ਇਹ ਗੱਲ ਆਖੀ ਆ ਕਿ FIR ਕੀਤੀ ਜਾਵੇ ਔਰ ਦੋਸ਼ੀਆਂ ਦੇ ਖਿਲਾਫ਼ ਅੱਗੇ ਜਾਂਚ ਕੀਤੀ ਜਾਵੇ, ਅੱਗੇ ਜਾਂਚ ਚੱਲਣੀ। ਦੂਜੀ ਗੱਲ ਇਹ ਹੈਗੀ ਆ, ਤੁਸੀਂ ਸਾਰੇ ਸਿਸਟਮ ਨੂੰ ਸਮਝੋ। ਅੱਜ ਅਸੀਂ ਸਾਰੇ ਇੱਥੇ 31 ਸਾਲਾਂ ਬਾਅਦ ਇੱਕ ਚਰਚਾ ਕਰ ਰਹੇ ਹਾਂ ਕਿ ਜਥੇਦਾਰ ਸਾਹਿਬ ਦੇ ਕਾਤਲਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਮੇਰੇ ਕੋਲ ਨਾ ਇੱਕ ਰਿਪੋਰਟ ਆ, ਇਹ ਜਿਹੜਾ SSP ਸਵਰਨ ਸਿੰਘ ਘੋਟਣਾ ਹੈ ਜੀ, ਇੱਕ ਇਨਸਾਫ਼ ਜਥੇਬੰਦੀ ਬਣੀ, ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਨੇ ਮੁੰਡੇ ਚੁੱਕ ਚੁੱਕ ਕੇ ਮਾਰੇ ਉਹਨਾਂ ਦੀ ਇੱਕ ਰਿਪੋਰਟ ਕੱਢੀ। ਠੀਕ ਹੈ, ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ 'ਚ 1, ਪੱਟੀ 'ਚ 3, ਬਠਿੰਡਾ 1, ਫਰੀਦਕੋਟ 2, ਫਿਰੋਜ਼ਪੁਰ 3, ਗੁਰਦਾਸਪੁਰ 4, ਹੁਸ਼ਿਆਰਪੁਰ 4, ਜਲੰਧਰ 15, ਕਪੂਰਥਲਾ 8, ਲੁਧਿਆਣਾ 11, ਮੋਗਾ 6, ਰੋਪੜ 1, ਸੰਗਰੂਰ 2, ਕੁੱਲ 65। ਕਾਰਜਕਾਲ ਦਾ ਜ਼ਿਕਰ ਕਰ ਰਹੇ ਹੋ, ਮੈਂ ਸਵਰਨ ਸਿੰਘ ਘੋਟਣੇ ਦੀ ਗੱਲ ਕਰ ਰਿਹਾ ਕਿ ਸਵਰਨ ਸਿੰਘ ਘੋਟਣੇ ਨੇ 65, ਇਹਦੇ ਚ 62 ਮਰਦ ਹੀ 3 ਬੀਬੀਆਂ, ਇਹਨਾਂ ਨੂੰ ਚੁੱਕ ਕੇ ਝੂਠੇ ਮੁਕਾਬਲੇ ਬਣਾ ਕੇ ਮਾਰਤੇ, ਉਹਦੇ ਵਿੱਚ ਬਿਲਕੁਲ ਤੁਹਾਡੇ ਖਿਲਾਫ਼ ਬਿਲਕੁਲ ਜੀ ਇੱਕ ਇਨਸਾਫ਼ ਜਥੇਬੰਦੀ ਆ, ਉਹਨਾਂ ਨੇ ਬਕਾਇਦਾ ਕੱਢਿਆ ਉਹਦੇ ਵਿੱਚ 39 ਜਿਹੜੇ ਬੰਦੇ ਸੀ ਉਹ ਕੁਵਾਰੇ ਸੀ, ਮਤਲਬ ਛੋਟੀ ਉਮਰ ਦੇ ਮਾਰ ਦਿੱਤੇ ਗਏ ਉਸ ਵੇਲੇ। ਤੋਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਇੰਨੇ ਜ਼ਿਆਦਾ ਸਾਡੇ ਮੁੰਡੇ ਚੁੱਕੇ ਗਏ, ਉਹਨਾਂ ਨੂੰ ਮਾਰਿਆ ਗਿਆ, ਉਹਨਾਂ ਦੇ ਵਿੱਚੋਂ ਆਪਣੇ ਕੁੱਲ 42 ਜਾਣੇ ਤੇ ਉਹ ਜਿਨ੍ਹਾਂ ਦੀਆਂ ਬੋਡੀਆਂ ਨਹੀਂ ਦਿੱਤੀਆਂ ਗਈਆਂ ਸਿੱਖ ਪਰਿਵਾਰਾਂ ਨੂੰ, ਠੀਕ ਹੈ,
ਉਸ ਵੇਲੇ ਮਤਲਬ ਸਾਡੇ ਉੱਤੇ ਇੰਨਾ ਅੱਤਿਆਚਾਰ, ਸਾਡਾ ਜੈਨੋਸਾਈਡ ਜਿਹੜਾ ਵਾ ਇਸ ਧਰਤੀ ਦੇ ਉੱਤੇ ਉਹਨਾਂ ਅਫਸਰਾਂ ਦੇ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਇੱਥੇ ਕਾਨੂੰਨ ਜਿਹੜਾ ਲਾਗੂ ਕਰਾਉਣਾ ਹੈ। ਹੁਣ ਜਦੋਂ ਕਾਨੂੰਨ ਦੀ ਜਿਨ੍ਹਾਂ ਨੇ ਪਾਲਣਾ ਕਰਾਉਣੀ ਸੀ ਜਦੋਂ ਉਹ ਹੀ ਮਾਰਨ ਲੱਗ ਪਏ, ਔਰ ਉਹਦੇ ਤੋਂ ਬਾਅਦ ਮੈਂ ਆਉਣਾ ਚਾਹੁੰਦਾ ਵੀ ਇਹ ਸਾਰਾ ਕੁਛ ਜਿਹੜਾ ਵਾ ਹੋ ਤੇ ਜਾਂਦਾ ਤੇ ਕਟਹਿਰੇ ਦੇ ਵਿੱਚ ਦੋਸ਼ੀ ਨਹੀਂ ਆਉਂਦੇ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ, ਭਾਵੇਂ ਉਹਨਾਂ ਦੀ ਨਿੱਜੀ ਟਸਰ ਹੋਊਗੀ, ਸੁਮੇਧ ਸੈਣੀ ਦੇ ਖਿਲਾਫ ਇੱਕ ਖੁੱਲ੍ਹ ਕੇ ਉਹ ਚੱਲੇ ਔਰ ਅਸੈਂਬਲੀ ਦੇ ਵਿੱਚ ਤ੍ਰਿਪਤ ਰਜਿੰਦਰ ਬਾਜਵਾ ਜੀ ਬੋਲੇ ਇਹਨਾਂ ਦੇ ਖਿਲਾਫ, ਆਪਣੇ ਸੁਮੇਧ ਸੈਣੀ ਦੇ ਜਿਹੜਾ ਇੱਕ ਹਿੰਦੂ ਪਰਿਵਾਰ ਮਾਰਤਾ ਹੈ ਲੁਧਿਆਣੇ ਦਾ, ਠੀਕ ਹੈ, ਕੀ ਸੈਣੀ ਦੇ ਖਿਲਾਫ ਕੋਈ ਕਾਰਵਾਈ ਹੋਈ ਨਾ? ਉਹਨਾਂ ਨੂੰ ਪਹਿਲਾਂ ਹੀ ਬੇਲ ਦੇ ਦਿੱਤੀ ਗਈ ਵੀ ਤੁਹਾਨੂੰ ਪਹਿਲਾਂ ਹੀ ਤੋਂ ਬੇਲ ਆ। ਇਹਦਾ ਮਤਲਬ ਇਹ ਕਿ ਸਿਸਟਮ ਖੜਾ ਵਾ, ਜਿਹੜਾ ਸਿਸਟਮ ਇਹਨਾਂ ਦੋਸ਼ੀਆਂ ਨੂੰ ਬਚਾਉਂਦਾ ਔਰ ਇਹਨਾਂ ਨੂੰ ਖੁੱਲ੍ਹ ਦਿੰਦਾ ਵਾ। ਅੱਜ ਲੋੜ ਇਹ ਆ ਕਿ ਉਹ ਜਿਹੜਾ ਸਿਸਟਮ ਖੜਾ ਵਾ ਉਹਨੂੰ ਵੀ ਨੰਗਾ ਕੀਤਾ ਜਾਵੇ ਕਿ ਉਹ ਕਿਹੜੇ ਬੰਦੇ ਜਿਹੜੇ ਸਾਡੇ ਜੈਨੋਸਾਈਡ ਦੇ ਉੱਤੇ ਵੀ ਸਾਡੇ ਦੋਸ਼ੀਆਂ ਨੂੰ ਬਚਾ ਲੈਂਦੇ ਆ। ਠੀਕ, ਔਰ ਜਿਹੜੇ ਮੈਂ 65 ਜ਼ਿਕਰ ਕੀਤੇ ਇਨਸਾਫ ਜਥੇਬੰਦੀ ਆ ਉਹਨਾਂ ਦੀ ਇਹ ਜਨਤਕ ਰਿਪੋਰਟ ਆ, ਕੋਈ ਵੀ ਜਾ ਕੇ ਇੰਟਰਨੈਟ ਤੇ ਉਹਨੂੰ ਲੱਭ ਸਕਦਾ। ਠੀਕ ਹੈ, ਉਹ 65 ਪਰਿਵਾਰਾਂ ਦੇ ਨਾਲ ਵੀ ਇਨਸਾਫ ਨਹੀਂ ਹੋਇਆ, ਅਸੀਂ ਅੱਜ ਭਾਈ ਗੁਰਦੇਵ ਸਿੰਘ ਕੌਂਕੇ ਦੀ ਗੱਲ ਵੀ ਕਰ ਰਹੇ ਹਾਂ, ਉਹ ਜਿਹੜੇ 65 ਹੋਰ ਮਾਰੇ ਗਏ ਉਹਨਾਂ ਦੀ ਗੱਲ ਵੀ ਅਸੀਂ ਅੱਜ ਨਾਲ ਹੀ ਕਰਦੇ। ਨਹੀਂ ਦੇਖੋ, ਗੱਲ ਤਾਂ ਹਰ ਕਿਸੇ ਦੀ ਹੋਣੀ ਚਾਹੀਦੀ ਹੈ। ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਇੱਕ ਵੱਡੀ ਸ਼ਖਸੀਅਤ ਕੌਂਕੇ ਜੀ, ਉਹਨਾਂ ਦੀ ਮੌਤ ਤੇ 31 ਸਾਲ ਬਾਅਦ ਵੀ ਆਪਾਂ ਜਾਂਚ ਰਿਪੋਰਟ ਦਾ ਜ਼ਿਕਰ ਕਰ ਰਹੇ ਹਾਂ ਕਿ 25 ਸਾਲ ਪਹਿਲਾਂ ਇੱਕ ਜਾਂਚ ਰਿਪੋਰਟ ਆਈ ਸੀ, ਐਕਸ਼ਨ ਨਹੀਂ ਹੋਇਆ, ਕਾਰਵਾਈ ਨਹੀਂ ਹੋਈ। ਬਟਵਾ ਸਾਹਿਬ ਦੇਖੋ, ਤੁਹਾਡੇ ਇਸ ਰਿਪੋਰਟ ਨੂੰ ਪੜ੍ਹਨ ਜਾਂ ਫਿਰ ਐਂਗਲ ਤੋਂ ਬੜਾ ਇਤਰਾਜ਼ ਦਾਦੂਵਾਲ ਜੀ ਨੇ ਜਿਤਾ ਦਿੱਤਾ। ਉਹ ਕਹਿ ਰਹੇ ਨੇ ਕਿ ਰਿਪੋਰਟ ਦੇ ਵਿੱਚ ਮੁਕੱਦਮਾ ਦਰਜ ਕਰਨ ਵਾਲੀ ਗੱਲ ਸੀ ਕਿ ਤੁਸੀਂ ਉਸ ਰਿਪੋਰਟ ਦੇ ਉੱਤੇ ਕੁਐਸਚਨ ਮਾਰਕ ਖੜੇ ਕਰ ਰਹੇ ਹੋ। ਦੇਖੋ ਗੌਰਵ ਜੀ, ਸਭ ਤੋਂ ਵੱਡੀ ਜਿਹੜੀ ਕੋਈ ਦਰਾਵਾਂ ਨਹੀਂ ਗਿਆ ਕਿ ਸਾਰਿਆਂ ਨੂੰ ਦੁੱਖ ਹੈ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਨਾਲ ਉਸ ਸਮੇਂ ਉਹਨਾਂ ਦੇ ਸਰੀਰ ਤੇ ਜੋ ਬੀਤਿਆ ਤੇ ਜੋ ਜੁਰਮ ਹੋਇਆ ਉਹ ਜੁਰਮ ਉਹਨਾਂ ਦੇ ਨਾਲ ਨਹੀਂ, ਇੱਕ ਤਰ੍ਹਾਂ ਸਿੱਖ ਕੌਮ ਦੇ ਉੱਤੇ ਸੀਗਾ। ਔਰ ਗੱਲ ਇਹ ਕਿ ਉਹ ਕਿਸ ਗੱਲ ਦਾ ਆ ਕਿ ਦਾਦੂਵਾਲ ਸਾਹਿਬ ਔਨ ਰਿਕਾਰਡ ਟੀਵੀ ਤੇ ਕਹਿ ਰਹੇ ਹੈ ਮੇਰੇ ਵੱਲੋਂ ਜਿਹੜਾ ਮੈਂ ਆਪਣਾ ਪੱਖ ਰੱਖਿਆ ਹੈ ਰਿਪੋਰਟ ਨਹੀਂ ਬਦਲ ਦਿੱਤੀ। ਰਿਪੋਰਟ ਪੜ੍ਹੀ ਹੈਗੀ ਹੈ, ਗੁਰੂ ਗੋਬਿੰਦ ਦਸਤਾਰ ਬੰਨਦੇ ਜੇ ਬਾਣਾ ਪਾਇਆ ਆ, ਰਿਪੋਰਟ ਅਜੇ ਤੱਕ ਤੁਸੀਂ ਪੜ੍ਹੀ ਨਹੀਂ। ਅੱਜ ਭਾਵੇਂ ਗੌਰਵ ਜੀ ਨੇ ਵੀ ਅੱਜ ਭਾਵੇਂ ਪੜ੍ਹੀ ਹੋਵੇ, ਉਦੋਂ ਦੀ ਇਹਨਾਂ ਵੀ ਨਹੀਂ ਪੜ੍ਹੀ। ਮੈਂ ਮੋਢੀ ਜੀ ਗੱਲ ਦੱਸਾਂ, ਮੈਂ ਬਾਹਰੇ ਪੱਤਰਕਾਰਾਂ ਨਾਲ ਮੇਰੀ ਗੱਲ ਹੋਈ ਹੈ, ਉਹ ਕਹਿੰਦੇ ਪੜ੍ਹੀ ਨਹੀਂ ਜੀ, ਸੁਣੀ ਸੀ, ਰਿਪੋਰਟ ਤੁਸੀਂ ਪੜ੍ਹਦੇ ਨਹੀਂ ਜੇ। ਹੁਣ ਮੋਟੀ ਜੀ ਗੱਲ ਹੈ, ਕੋਈ ਦਰਾਵਾਂ ਨਹੀਂ ਗਿਆ ਕਿ ਉਹਨੇ ਕਹਿ ਦਿੱਤਾ ਕਿ ਜੀ ਗੈਰ ਕਾਨੂੰਨੀ ਹਿਰਾਸਤ ਦਾ ਤੇ ਫਾਲਸ ਜਿਹੜਾ ਫਾਲਸੀਫਿਕੇਸ਼ਨ ਰਿਕਾਰਡ ਦਾ ਜਿਹੜਾ ਆ ਉਹ ਮੁਕਦਮਾ ਦਰਜ ਕੀਤਾ ਜਾਵੇ। ਹੁਣ ਜਿਸ ਮਕਸਦ ਵਾਸਤੇ ਜਿਹੜਾ ਰੌਲਾ ਸੀਗਾ, ਜਿਹੜੇ 5 ਮੈਂਬਰੀ ਕਮੇਟੀ ਸੀ ਜਿਹ ਚ ਭਾਈ ਜਸਵੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ, ਹਰਿੰਦਰ ਸਿੰਘ ਨਾਰਵੇ, ਗੁਰਤੇਜ ਸਿੰਘ IAS, ਗੁਰਦੀਪ ਸਿੰਘ ਬਠਿੰਡਾ, ਜਿਹਨਾਂ ਨੇ ਸਵਾਲ ਉਠਾਇਆ, ਜਿਹਨਾਂ ਨੇ ਸਵਾਲ ਰੱਖਿਆ ਤੇ ਜਿਹਨਾਂ ਦੇ ਕਹਿਣ ਤੇ ਇਨਕੁਆਇਰੀ ਮਾਰਕ ਹੋਈ ਤੇ ਜਿਹਨਾਂ ਨੇ ਆਪ ਹੀ ਕਿਹਾ ਕਿ ਬੀਪੀ ਤਿਵਾੜੀ ਕੋਲੋਂ ਕਰਵਾਈ ਜਾਵੇ, ਤੇ ਬੀਪੀ ਤਿਵਾੜੀ ਨੇ ਜਿਸ ਮਕਸਦ ਵਾਸਤੇ ਦਿੱਤਾ ਸੀਗਾ ਉਹ ਮਕਸਦ ਪੂਰਾ ਨਹੀਂ ਕੀਤਾ, ਤੇ ਰਿਪੋਰਟ ਆ ਜੇ ਤੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਜੀ ਲਓ ਜੀ ਚੱਕੋ ਜੀ ਆਹ ਰਿਪੋਰਟ ਆ ਗਈ ਆ, ਇਹਦੇ ਚ ਜਥੇਦਾਰ ਨੂੰ ਮਾਰਿਆ ਨੀ ਗਾ, ਜਥੇਦਾਰ ਤੇ ਪਤਾ ਨੀ ਕੀ ਹੋ ਗਿਆ ਜੀ, ਜਥੇਦਾਰ ਨੂੰ ਮਾਰਨ ਦਾ ਕੋਈ ਸਬੂਤ ਹੀ ਨੀ ਆਇਆ, ਤੇ ਲੋਕ ਛੱਡਦੇ, ਲੋਕ ਬਖਸ਼ਦੇ, ਕਿਆ ਕਾਰਵਾਈ ਕਰਤੀ ਆ ਜਿਸ ਮਕਸਦ ਵਾਸਤੇ ਕਮੇਟੀ ਬਣਾਈ ਸੀ ਉਹ ਮਕਸਦ ਦੇ ਵਿੱਚ ਹੈ ਨੀ। ਹੁਣ ਇਹ ਗੱਲਾਂ ਕਰਦੇ ਇੱਥੇ ਵੇਰਕਾ ਸਾਹਿਬ ਜਿਹੜੇ ਆ, ਵੇਰਕਾ ਸਾਹਿਬ ਬੜੇ ਮੇਰੇ ਮਿੱਤਰ ਵੀ ਆ ਤੇ ਪਰ ਮੇਰੇ ਵੱਡੇ ਮਤਲਬ ਕਹਿ ਦਈਏ ਕਿ ਮੇਰੇ ਮਗਰ ਵੀ ਬੜੇ ਪੈ ਰਹੇ ਆ ਇਹ ਹਿਊਮਨ ਰਾਈਟਸ ਵਾਲੇ ਜਿਹੜੇ ਆ। ਹੁਣ ਗੱਲ ਕੀ ਹੈ,
ਇਹ ਕਹਿੰਦੇ ਆ ਜੀ ਗਵਾਹ ਇੰਨੇ ਆਏ ਤੇ ਵੇਰਕਾ ਸਾਹਿਬ ਗਵਾਹ ਤੇ ਬਹੁਤ ਆਏ ਜੀ। ਬੀਪੀ ਤਿਵਾੜੀ ਨੇ ਕਿਸੇ ਗਵਾਹ ਦੇ ਉੱਤੇ ਰਿਲਾਈ ਕੀਤਾ? ਕਿਸੇ ਗਵਾਹ ਦੇ ਉੱਤੇ ਉਹਨੇ ਵਿਸ਼ਵਾਸ ਕੀਤਾ? ਉਹਨੇ ਕਿਹਾ ਇਹਨਾਂ ਦੀ ਗਵਾਹੀ ਵਿਸ਼ਵਾਸ ਯੋਗ ਨਹੀਂ ਵਿੱਚ ਲਿਖਿਆ ਆ। ਹੁਣ ਵੇਰਕਾ ਸਾਹਿਬ ਦਾ ਦਾਦਾ ਆਪਣੇ ਬਾਰੇ, ਇਹਨਾਂ ਨੇ ਕੱਢ ਕੇ ਮੇਰੇ ਵਿਰੁੱਧ ਦਰਖਾਸਤ ਲਿਖੀ ਪੰਜਾਬ ਹੁਣ ਰਾਈਟਸ ਵੱਲੋਂ 2018 ਦੇ ਵਿੱਚ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਵਿਰਸਾ ਸਿੰਘ ਬਟੋਹਾ ਅੱਤਵਾਦੀ ਹੈ ਜੀ, ਇਹਨੇ ਇੱਕ ਡਾਕਟਰ ਦਾ ਕਤਲ ਕੀਤਾ ਆ, 35 ਸਾਲ ਤੋਂ ਭਗੌੜਾ ਆ, ਇਹਨੂੰ ਗ੍ਰਿਫ਼ਤਾਰ ਕੀਤਾ ਜਾਵੇ, ਮੁਕੱਦਮਾ ਚਲਾਇਆ ਜਾਵੇ। ਠੀਕ ਹੈ ਹਾਂਜੀ, ਬੜਾ ਜ਼ੋਰ ਲੱਗਾ ਇਹਨਾਂ ਦਾ ਰਿਕਾਰਡ ਕਢਾਉਣ ਤੇ ਸਾਰਾ ਕੁਝ ਕਰਨ ਤੇ। ਰਿਪੋਰਟ ਕਿਸਨੇ ਪੜ੍ਹੀ ਜਾਂ ਨਹੀਂ ਪੜ੍ਹੀ ਇਹ ਇੱਕ 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 ਬਿਲਕੁਲ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ ਹੈ, ਪਰ ਗੱਲ ਇਹ ਹੈ ਕਿ ਵੇਰਕਾ ਜੀ ਨੇ ਤਾਂ ਰਿਪੋਰਟ ਪੜ੍ਹੀ ਹੈ, ਜੇ ਮੈਂ ਗਲਤ ਨਹੀਂ ਤਾਂ ਸਰਬਜੀਤ ਵੇਰਕਾ ਜੀ ਨੇ ਹੀ ਅਕਾਲ ਤਖ਼ਤ ਸਾਹਿਬ ਨੂੰ ਇਹ ਰਿਪੋਰਟ ਭੇਜੀ ਕਿ ਇਸ ਦੇ ਉੱਤੇ ਕਾਰਵਾਈ ਕਰੋ। ਉਹ ਕਹਿੰਦੇ ਨੇ ਕਿ FIR ਤਾਂ ਦਰਜ ਹੋਣੀ ਚਾਹੀਦੀ ਸੀ। ਬਲਡੋਸ ਸਾਹਿਬ ਤੁਹਾਨੂੰ ਲੱਗਦਾ ਕਿ FIR ਤਾਂ ਦਰਜ ਹੁੰਦੀ ਨਾ ਉਸ ਪੂਰੇ ਮਾਮਲੇ ਦੇ ਵਿੱਚ, ਜੇ ਮੁਕੱਦਮਾ ਦਰਜ ਕਰਨ ਨੂੰ ਕਿਹਾ ਗਿਆ ਸੀ ਘੱਟੋ ਘੱਟ ਉਹ ਤਾਂ ਹੁੰਦਾ, ਜਾਂ ਫਿਰ ਇੱਕ ਹੋਰ ਇਨਕੁਆਇਰੀ ਮਾਰਕ ਕਰ ਦਿੱਤੀ ਜਾਂਦੀ ਕਿ ਨਹੀਂ ਇਸ ਤੋਂ ਸੰਤੁਸ਼ਟੀ ਨਹੀਂ ਹੋਈ, ਪਤਾ ਨਹੀਂ ਲੱਗਿਆ ਕਿ ਜਿਹੜੇ ਜਥੇਦਾਰ ਕੌਂਕੇ ਨੇ ਉਹਨਾਂ ਦੀ ਮੌਤ ਕਿਵੇਂ ਹੋਈ, ਇਸ ਕਰਕੇ ਇੱਕ ਹੋਰ ਅਸੀਂ ਕਮਿਸ਼ਨ ਬਿਠਾ ਰਹੇ ਹਾਂ ਜੋ ਇਨਕੁਆਇਰੀ ਕਰੇਗਾ। ਉਹ ਵੀ ਨਹੀਂ ਹੋਇਆ ਨਾ? ਦੇਖੋ ਮੇਰੇ ਕੋਲ ਤਾਂ ਫਾਈਲ ਹੈ ਨੀ, ਜਿਹੜੀ ਬਾਹਰ ਨਿਕਲ ਕੇ ਆਈ ਆ ਜੀ, ਆਪਾਂ ਉਹਦੇ ਆਧਾਰ ਤੇ ਗੱਲ ਕਰ ਰਹੇ ਹਾਂ। ਬਿਲਕੁਲ, ਜਿਹੜੀ ਫਾਈਲ ਹੋਰ ਆ ਜਿਹਦੇ ਵਿੱਚ ਜਦੋਂ ਰਿਪੋਰਟ ਸਬਮਿਟ ਹੋਈ ਆ ਜੀ DGP ਕੋਲੇ, ਉਹਨੇ ਉਸ ਤੋਂ ਅੱਗੇ ਕੀ ਕਮੈਂਟ ਆਪਦੇ ਦਿੱਤੇ ਆ, ਜਾਂ ਉਸ ਤੋਂ ਅੱਗੇ ਫਾਈਲ ਕਿੱਧਰ ਨੂੰ ਤੁਰੀ ਆ, ਇਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਇਨਕੁਆਇਰੀ ਕਰਾਈ ਆ। ਮੁਖਵਿੰਦਰ ਸ਼ੀਨਾ ਜਿਹੜਾ ਹੈ ADGP ਰਿਟਾਇਰ ਹੋਇਆ 31 ਤਰੀਕ ਨੂੰ, ਤੇ ਨਾਲ ਮੇਰਾ ਖਿਆਲ ਗੁਰਪ੍ਰੀਤ ਸਿੰਘ ਤੂਰ ਜਿਹੜਾ IPS ਸੀਗਾ, ਇਹਨਾਂ ਨੇ ਇਨਕੁਆਇਰੀ ਕੀਤੀ ਸੀਗੀ, ਇਹਨਾਂ ਨੇ ਫਿਰ ਭੌਂਕੇ ਜਿਹੜਾ ਕਿਹਾ ਤੇ ਬਿਲਕੁਲ ਗਲਤ ਗੱਲ ਹੈ ਜੀ। ਜਥੇਦਾਰ ਕੌਂਕੇ ਦੇ ਉੱਤੇ ਕੋਈ ਤਸ਼ੱਦਦ ਨਹੀਂ ਹੋਇਆ, ਕਿਸੇ ਤਰ੍ਹਾਂ ਦਾ ਟੋਰਚਰ ਨਹੀਂ ਹੋਇਆ, ਕਿਸੇ ਤਰ੍ਹਾਂ ਦਾ ਇਹਨਾਂ ਨੂੰ ਮਾਰਿਆ ਨਹੀਂ ਗਿਆ। ਠੀਕ ਹੈ, ਦੂਜੀ ਇਨਕੁਆਇਰੀ ਹੋ ਗਈ, ਮੇਰਾ ਖਿਆਲ ਦੋ ਦੀ ਥਾਂ ਤੇ ਤਿੰਨ ਹੋ ਗਈਆਂ, ਸ਼ਾਇਦ ਇੱਕ JP ਵਿਰਦੀ ਵਾਲੀ ਵੀ ਹੈਗੀ ਆ। ਠੀਕ ਹੈ, ਇਸ ਤੋਂ ਇਲਾਵਾ ਮਾਨ ਸਾਹਿਬ ਹਾਈਕੋਰਟ ਵੀ ਗਏ, ਬੜਾ ਕੁਛ ਇਸ ਕੇਸ ਦੇ ਵਿੱਚ ਹੈ। ਪਰ ਇੱਕ ਮੈਂ ਬੇਨਤੀ ਕਰਾਂ, ਬਾਦਲ ਸਾਹਿਬ ਉਹ ਨੇ ਜਿਹੜੇ ਜਿਸ ਦਿਨ ਜਥੇਦਾਰ ਹੋਰਾਂ ਨੂੰ ਫੜਿਆ ਗਿਆ ਪਹਿਲੇ ਦਿਨ ਤੋਂ ਨਾਲ ਜੁੜੇ ਰਹੇ। ਠੀਕ ਹੈ, ਵਿੱਚ ਰਿਪੋਰਟ 'ਚ ਮੈਂਸ਼ਨ ਹੈ, ਦੇਖੋ ਸਟੇਟਮੈਂਟ ਦਾ ਦਰ ਜੀ, ਇਸ ਰਿਪੋਰਟ 'ਚ ਮੈਂਸ਼ਨ ਹੈ ਜੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸੰਬੰਧਿਤ ਅਧਿਕਾਰੀਆਂ ਨੂੰ ਫੋਨ ਕੀਤੇ ਤੇ ਜਥੇਦਾਰ ਸਾਹਿਬ ਕਿਸੇ ਦੇ ਹੱਥ ਦਾ ਖਾਣਾ ਨਹੀਂ ਖਾਂਦੇ, ਘਰ ਦਾ ਖਾਣਾ ਖਾਂਦੇ ਆ। ਹਾਂਜੀ, ਇਸ ਧਿਆਨ ਰੱਖਿਆ ਜਾਵੇ। ਠੀਕ ਹੈ, ਔਰ ਦੂਸਰੀ ਗੱਲ ਜਿਹੜੀ ਹੈ, ਜਿਸ ਦਿਨ ਉਹਨਾਂ ਦਾ ਭੋਗ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਉਸ ਦਿਨ ਭੋਗ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਪਹੁੰਚੇ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ, ਥਾਣੇ ਰੱਖਿਆ ਗਿਆ ਤੇ ਬਾਅਦ ਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਇਹ ਜਿਹੜੀ ਹੈਗੀ ਆ ਭਾਵਨਾਵਾਂ ਨੇ ਅੱਜ ਬਣਾ ਕੇ ਰੱਖਤਾ, ਆ ਜਿਹੜੇ ਜਿਹਨਾਂ ਦੀਆਂ ਸਾਂਝਾਂ ਨੇ 200 ਦੇ ਨਾਲ, ਚਲੋ ਜਵਾਬ ਲੈਣੇ ਆ ਕਿ ਹੁਣ ਪੁਲਿਸ ਨੂੰ ਕਲੀਨ ਚਿੱਟ ਵੀ ਨਹੀਂ ਦਿੱਤੀ ਜਾ ਰਹੀ ਨਾ? ਬਲਟੋਆ ਸਾਹਿਬ ਤੁਸੀਂ ਇਸ ਗੱਲ ਦੇ ਨਾਲ ਵੀ ਸਹਿਮਤ ਹੋਵੋਗੇ, ਫਿਰ ਗੱਲ ਇਹ ਕਿ ਜੇ ਪੁਲਿਸ ਦੇ ਤਸੀਹਾਂ ਦੇ ਨਾਲ ਉਹਨਾਂ ਦੀ ਮੌਤ ਨਹੀਂ ਹੋਈ ਤਾਂ ਫਿਰ ਕਿੱਥੇ ਗਏ ਕੌਂਕੇ ਜੀ? 1 ਜਨਵਰੀ 1993 ਨੂੰ ਉਹਨਾਂ ਦੀ ਮੌਤ ਹੋਈ ਕਿ ਨਹੀਂ ਹੋਈ, ਇਹ ਵੀ ਕਲੀਅਰ ਨਹੀਂ ਨਾ ਹੋਇਆ? ਤਸੀਹੇ ਇਕੱਲੇ ਤਸੀਹੇ ਸ਼ਬਦ ਹੀ ਬਹੁਤ ਘੱਟ ਹੈ ਜੀ, ਇਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਹੋਇਆ ਜੀ। ਆਪਾਂ ਤੇ ਗੱਲਾਂ ਸੁਣਦੇ ਹਾਂ ਨਾ, ਇਸ ਤਰ੍ਹਾਂ ਕਰਤਾ ਉਸ ਤਰ੍ਹਾਂ ਕਰਤਾ ਜੀ, ਇਹ ਤੇ ਜਾਂ ਜਿਨ੍ਹਾਂ ਨੇ ਹੰਢਾਇਆ ਆ ਜਾਂ ਜਿਨ੍ਹਾਂ ਨੇ ਦੇਖਿਆ ਆ ਤੇ ਜਾਂ ਜਿਨ੍ਹਾਂ ਨੂੰ ਪਤਾ ਸੀ ਉੱਥੇ ਕੀ ਕੁਛ ਵਿਚੜਖਾਨਿਆਂ 'ਚ ਵਾਪਰਦਾ ਸੀਗਾ, ਠੀਕ ਹੈ, ਉਹਨੂੰ ਤੁਸੀਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਨਹੀਂ ਠੀਕ ਹੈ, ਮੈਂ ਤੁਹਾਡੀ ਗੱਲ ਨੂੰ ਸਮਝ ਰਿਹਾ, ਆਪਾਂ ਬਹੁਤ ਵਾਰੀ ਇਸ ਗੱਲ ਦੇ ਉੱਤੇ ਗੱਲਬਾਤ ਕੀਤੀ ਔਰ ਜਿਨ੍ਹਾਂ ਨੇ ਉਹ ਦੇਖਿਆ ਉਹ ਚੰਗੀ ਤਰ੍ਹਾਂ ਉਸ ਚੀਜ਼ ਨੂੰ ਮਹਿਸੂਸ ਕਰ ਪਾ ਰਹੇ ਹੋਣਗੇ, ਪਰ ਸਵਾਲ ਬਰਕਰਾਰ ਹੈ ਕਿ ਜੇ ਤਸੀਹੇ ਦਿੱਤੇ ਜਾਂ ਫਿਰ ਬਹੁਤ ਹੀ
ਬੁਰਾ ਵਤੀਰਾ ਉਹਨਾਂ ਦੇ ਨਾਲ ਕੀਤਾ ਗਿਆ ਜਾਂ ਉਹਨਾਂ ਨੂੰ ਮਾਰ ਦਿੱਤਾ ਗਿਆ, ਫਿਰ ਕੋਈ ਤਾਂ FIR ਹੋਵੇ ਨਾ, ਕੋਈ ਤਾਂ ਪਤਾ ਲੱਗੇ ਕਿ ਆਖਿਰ ਕਿਹੜਾ ਪੁਲਿਸ ਵਾਲਾ ਸੀ। ਜਿਹੜੇ ਇੰਸਪੈਕਟਰ ਦਾ ਜ਼ਿਕਰ ਹੋ ਰਿਹਾ, ਜਿਹੜੇ ਇੰਸਪੈਕਟਰ ਨੂੰ ਲੈ ਕੇ ਕਿਹਾ ਗਿਆ ਕਿ ਪਰਚਾ ਦਰਜ ਕਰ ਦਿਓ ਗੁਰਮੀਤ ਸਿੰਘ ਦੇ ਖਿਲਾਫ, ਤਤਕਾਲੀ SHO ਦੇ ਖਿਲਾਫ, ਜੇ ਉਹ ਵੀ ਨਹੀਂ ਹੋਇਆ ਤਾਂ ਫਿਰ ਕੁਐਸਚਨ ਉੱਠਦਾ ਹੈ। ਦਾਦੂਵਾਲ ਸਾਹਿਬ, ਮੈਂ ਵਿਟਵਾ ਜੀ ਤੁਹਾਡੇ ਕੋਲ ਆਊਂਗਾ, ਵੀਰਕਾ ਜੀ ਆ ਰਹੇ ਹਾਂ। ਦਾਦੂਵਾਲ ਸਾਹਿਬ, ਤੁਸੀਂ ਕਹਿੰਦੇ ਰਿਪੋਰਟ ਨਹੀਂ ਪੜ੍ਹੀ ਤੇ ਤੁਸੀਂ ਹੁਣ ਬਸ ਸਵਾਲ ਚੁੱਕ ਰਹੇ ਹੋ। ਦੇਖੋ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਜਿਹੜਾ ਸਾਡੀਆਂ ਭਾਵਨਾਵਾਂ ਬਲੂੰਦਰ ਨਾਲਾ ਇਸ਼ੂ ਹੋਵੇ, ਜਿਹਦੇ ਤੇ ਏਡਾ ਸਾਡੀ ਕੌਮ ਦਾ ਜਥੇਦਾਰ ਕੋ ਕੋ ਕੇ ਸ਼ਹੀਦ ਕਰਦਾ ਹੋਵੇ, ਤੇ ਉਹਦੇ ਇਨਸਾਫ ਦੀ ਤੁਸੀਂ ਡਿਬੇਟ ਰੱਖੀ ਹੋਵੇ, ਉਹਦੇ ਤੇ ਵਿਚਾਰ ਚਰਚਾ ਲਈ ਜੀ, ਇਹੋ ਜੀ ਹਰ ਡਿਬੇਟ ਨੂੰ ਜਾਤੀ ਲੈ ਜਾਣਾ, ਮੈਂ ਬਟੂਆ ਸਾਹਿਬ ਨੂੰ ਪੁੱਛਦਾ, ਏਦਾਂ ਦੀਆਂ ਗੱਲਾਂ ਮੈਂ ਬਹੁਤ ਜਾਣਦਾ, ਜੇ ਜਾਤੀ ਤੁਸੀਂ ਕਰਨੀਆਂ ਵੀ ਰਿਪੋਰਟ ਨਾ ਤਾਂ ਗੋਲ ਪੱਗ ਨੇ ਪੜ੍ਹਨੀ ਹੈ ਤੇ ਨਾ ਹੀ ਟੂਟੀ ਵਾਲੀ ਪੱਗ ਨੇ ਪੜ੍ਹਨੀ, ਪਟਿਆਲਾ ਸ਼ਾਹੀ ਨੇ। ਆ ਜਿਹੜੇ ਬੈਠੇ ਮਨੁੱਖੀ ਅਧਿਕਾਰ ਸੰਗਠਨ ਦੇ, ਇਹਨਾਂ ਨੇ ਰਿਪੋਰਟ ਪੜ੍ਹੀ, ਫਿਰ ਜਿਹੜੇ ਜਥੇਦਾਰ ਅਕਾਲ ਤਖ਼ਤ ਨੇ ਉਹਨਾਂ ਨੇ ਬਿਨਾਂ ਪੜ੍ਹੇ ਤੇ ਇਹ ਸ਼੍ਰੋਮਣੀ ਕਮੇਟੀ ਨੂੰ ਹੁਕਮ ਜਾਰੀ ਕਰਤਾ। ਇਹ ਜਿਹੜਾ ਸਵਾਲ ਹੈ ਜਥੇਦਾਰ ਰਘਵੀਰ ਸਿੰਘ ਨੂੰ ਜਾ ਕੇ ਪੁੱਛੋ ਬਟੋਵਾ ਜੀ ਕਿ ਤੁਸੀਂ ਟੂਟੀ ਵਾਲੀ ਪੱਗ ਬੰਨ ਕੇ ਰਿਪੋਰਟ ਨਹੀਂ ਪੜ੍ਹੀ, ਤੁਸੀਂ ਐਵੇਂ ਹੀ ਹੁਕਮ ਕਰਤਾ? ਹਰ ਗੱਲ ਨੂੰ ਜਾਤੀ ਨਹੀਂ ਲਿਜਾਣਾ ਚਾਹੀਦਾ, ਜਿਹੜੀ ਪੰਥਕ ਡਿਬੇਟ ਆ ਉਹਨੂੰ ਪੰਥਕ ਰੱਖੋ। ਦੂਸਰੀ ਗੱਲ, ਅੱਜ ਕਹਿ ਰਹੇ ਆ ਕਿ ਸਰਦਾਰ ਬਾਦਲ ਸਾਹਿਬ ਭੋਗਦੇ ਗਏ ਤੇ ਉਹਨਾਂ ਨੂੰ ਅਰੈਸਟ ਕਰ ਲਿਆ, ਅਸੀਂ ਕਦੋਂ ਕਹਿੰਦੇ ਨਹੀਂ ਗਏ, ਨਹੀਂ ਅਰੈਸਟ ਕੀਤਾ, ਪਰ ਜਦੋਂ ਰਾਜ ਭਾਗ ਆਇਆ ਜੀ, ਉਦੋਂ ਤਾਂ ਰਾਜ ਭਾਗ ਨਹੀਂ ਸੀ ਨਾ, ਜਿੱਦਣ ਭੋਗ ਸੀਗਾ ਜਦੋਂ ਰਾਜ ਭਾਗ ਆਇਆ ਤੇ ਇਸ ਗੱਲ ਤੇ ਰਾਜ ਭਾਗ ਲਿਆ ਕਿ ਅਸੀਂ ਉਹਨਾਂ ਦੇ ਕਾਤਲਾਂ ਨੂੰ ਸਜਾਵਾਂ ਦਵਾਵਾਂਗੇ, ਜਿਹਨਾਂ ਬੇਕਸੂਰ ਨੌਜਵਾਨ ਮਾਰੇ ਆ ਉਹਨਾਂ ਅਫਸਰਾਂ ਨੂੰ ਕਟਹਿਰੇ 'ਚ ਖੜਾ ਕਰਾਂਗੇ, ਠੀਕ ਹੈ। ਪਰ ਜਦੋਂ 1947 'ਚ ਰਾਜ ਭਾਗ ਆ ਗਿਆ ਤੇ ਉਦੋਂ ਉਹ ਜਵਾਹਰ ਲਾਲ ਨਹਿਰੂ ਵਾਲੀ ਗੱਲ ਆ ਗਈ ਕਿ ਜਦੋਂ ਭਾਰਤ ਆਜ਼ਾਦ ਹੋ ਗਿਆ ਤੇ ਸਿੱਖਾਂ ਨੂੰ ਕਹਿਤਾ ਤਬ ਬਾਤ ਔਰ ਸੀ ਅਬ ਬਾਤ ਔਰ ਹੈ। ਦੁੱਖ ਤਾਂ ਇਸ ਗੱਲ ਦਾ ਵਾ ਕਿ ਜਦੋਂ ਰਾਜ ਭਾਗ ਆਇਆ, ਜਦੋਂ ਉਹਦਾ ਇਨਸਾਫ ਦੇਣਾ ਸੀ, ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰਨਾ ਸੀ, ਉਦੋਂ ਕਹਿ ਦਿੱਤਾ ਜਿਹੜੇ ਸਿੱਖ ਆਗੂ ਗਏ ਉਹਨਾਂ ਨੂੰ ਕਿਹਾ ਵੀ ਛੱਡੋ ਪੁਰਾਣੇ ਜ਼ਖਮਾਂ ਤੋਂ, ਖਰੀਂਡੋ ਨਾ, ਹੁਣ ਖਰੀਂਡ ਨਾ ਲਾਓ। ਦੁੱਖ ਤਾਂ ਇਸ ਗੱਲ ਦਾ ਵਾ। ਹੁਣ ਤੁਸੀਂ ਇਹ ਫਿਰ ਜੇ ਕੁਛ ਹੋਇਆ ਹੀ ਨਹੀਂ ਆ, ਮੰਨ ਲਓ ਰਿਪੋਰਟ 'ਚ ਹੈ ਹੀ ਕੁਛ ਨਹੀਂ ਆ, ਠੀਕ ਹੈ, ਚਲੋ ਮੈਂ ਜਵਾਬ ਲੈ ਲਵਾਂ, ਜਵਾਬ ਲੈ ਲਵਾਂ ਫਿਰ ਵੇਰਕਾ ਜੀ ਦਾ ਰੁਕ ਕਰਦਾ। ਬਟੋਆ ਸਾਹਿਬ, ਦੇਖੋ ਕਹਿੰਦੇ ਕਿ ਜੇ ਰਿਪੋਰਟਾਂ ਪੜ੍ਹੀਆਂ ਨਹੀਂ ਤਾਂ ਫਿਰ ਜਥੇਦਾਰ ਸਾਹਿਬ ਨੇ ਆਦੇਸ਼, ਉਹਨਾਂ ਨੇ ਤਾਂ ਰਿਪੋਰਟ ਪੜ੍ਹ ਕੇ ਆਦੇਸ਼ ਦਿੱਤੇ ਹੋਣਗੇ ਨਾ ਕਿ ਇਨਸਾਫ ਦਿਵਾਓ, ਇਹ 'ਚ ਕੋਈ ਡਰਾਮਾ ਨਹੀਂ ਗਿਆ। ਦੇਖੋ, ਮੈਂ ਜਿਹੜੀ ਤੁਸੀਂ ਪਹਿਲੀ ਗੱਲ ਕਰਦੇ ਜੀ ਨਾ, ਜੋ ਕੁਛ ਵੀ ਰੈਕਮੈਂਡੇਸ਼ਨ ਕੀਤੀ ਹੈ ਜੀ, ਜਿਹੜੀ ਉਹਦੇ 'ਚ ਰਿਪੋਰਟ 'ਚ ਜੋ ਘੱਟੋ ਘੱਟ ਜਿਹੜੇ ਤੱਥ ਸਾਹਮਣੇ ਲਿਆਂਦੇ ਆ, ਉਹਦੇ ਉੱਤੇ ਤਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੀ, ਕਿ ਮੈਂ ਤਾਂ ਇਸ ਗੱਲ ਨਾਲ ਸਹਿਮਤ ਹੈ, ਠੀਕ ਹੈ। ਪਰ ਕਿਉਂਕਿ ਜਿਸ ਮਕਸਦ ਵਾਸਤੇ ਡਿਊਟੀ ਲਾਈ ਗਈ ਸੀ, ਉਸ ਮਕਸਦ ਨੂੰ ਕੀ ਕਹਿੰਦੇ ਹੁੰਦੇ ਆ ਕਿ ਘੱਟੇ ਮਿੱਟੀ ਰੋਲ ਕੇ ਰੱਖਤਾ, ਲੋਕਾਂ ਨੂੰ ਕਹਿ ਦਈਏ ਕਿ ਬੀਪੀ ਤਿਵਾੜੀ ਨੇ ਆਹ ਰਿਪੋਰਟ ਦਿੱਤੀ ਹੈ ਜੀ, ਅਸੀਂ ਤਾਂ ਕੱਲੀ ਜਿਹੜੀ ਆ ਗੈਰ ਕਾਨੂੰਨੀ ਹਿਰਾਸਤ ਦੀ ਕਾਰਵਾਈ ਕਰਾਂਗੇ ਜੀ। ਉਹ ਜਿਹੜੀ ਗੱਲ ਹੈ, ਇੱਥੇ ਕੋਈ ਡਰਾਮਾ ਨਹੀਂ, ਜੈਦਰ ਸਾਹਿਬ ਹੋਰਾਂ ਕੋਲ ਜਦੋਂ ਗਿਆ ਆ ਕੁਦਰਤੀ, ਉਹਨਾਂ ਨੇ IGPC ਨੂੰ ਭੇਜਣਾ ਆ, IGPC ਉਹਦੇ ਬਾਰੇ ਜਿਹੜਾ ਵਕੀਲਾਂ ਦੀ ਇੱਕ ਟੀਮ ਮੇਰਾ ਖਿਆਲ ਜਦ ਤੱਕ ਉਹਨਾਂ ਲਾਈ ਹੈ, ਬੜੇ ਸੀਨੀਅਰ ਵਕੀਲ ਨੇ ਜਿਹੜੇ ਇਹ ਸਾਰਾ ਮਤਾਲਿਆ ਕਰ ਰਹੇ ਆ, ਉਸ ਤੋਂ ਬਾਅਦ ਇਹਦੇ ਬਾਰੇ ਕਦਮ ਜਿਹੜਾ ਆ ਜੋ ਕੁਛ ਵੀ ਬਣਦਾ ਆ, ਕਿਉਂਕਿ ਹੁਣ ਇਹ ਡੋਮੇਨ ਪਬਲਿਕ ਡੋਮੇਨ 'ਚ ਆ, ਪਬਲਿਕ ਡੋਮੇਨ 'ਚ ਆਉਣ ਕਰਕੇ ਜਿਹੜਾ ਆ ਕੁਦਰਤੀ ਆ ਕਿ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਰਿਪੋਰਟ ਦੇ ਵਿੱਚ ਹੈ ਕੀ ਹੈ। ਜਦੋਂ ਰਿਪੋਰਟ ਦਾ ਪਤਾ ਲੱਗ ਗਿਆ ਤਾਂ ਰਿਪੋਰਟ ਦੇ ਮੁਤਾਬਕ ਜਾਂ ਇਹਦੇ ਬਾਰੇ ਜੋ ਹੋਰ ਹੋ ਸਕਦਾ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਕੀਲ ਸਾਹਿਬਾਨ ਹੈ ਉਹ ਕਦਮ ਚੁੱਕਣਗੇ। ਮੈਂ ਗੌਰਵ ਜੀ ਇੱਕ ਨੜਿਨਵੇਂ ਤੋਂ ਬਾਅਦ ਮੈਂ ਜ਼ਿਕਰ ਕਰ ਰਿਹਾ, ਕਾਂਗਰਸ ਦੀ ਵੀ ਸਰਕਾਰ ਰਹੀ ਹੈ, ਤੁਹਾਡੀ ਸਰਕਾਰ ਮੈਂ 99 ਤੋਂ ਲਾਵਾਂ ਤਾਂ 13 ਸਾਲ ਸੱਤਾ ਦੇ ਵਿੱਚ ਤੁਸੀਂ ਰਹੇ ਹੋ, 99 ਤੋਂ 2002 ਤੱਕ ਰਹੇ, 97 ਤੋਂ 2002 ਦੇ ਕਾਰਜਕਾਲ ਦੇ ਵਿੱਚ, ਉਸ ਤੋਂ ਬਾਅਦ 7 ਤੋਂ 17 ਤੱਕ ਵੀ। ਵੀਰਕਾ ਜੀ, ਗੌਰਵ ਜੀ ਇੱਕ ਸੈਕਿੰਡ ਜੀ, ਗੌਰਵ ਜੀ ਮੈਨੂੰ ਦੱਸਿਆ ਜੀ ਜੀ
ਜਦੋਂ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਘਰੋਂ ਚੁੱਕਿਆ ਗਿਆ, ਕੋਹ ਕੋਹ ਕੇ ਉਹਨਾਂ ਦੇ ਉੱਤੇ 5-6 ਦਿਨ ਹਫ਼ਤਾ ਤਸ਼ੱਦਦ ਹੁੰਦਾ ਰਿਹਾ ਤੇ ਬਾਅਦ ਚ ਉਹਨਾਂ ਨੂੰ ਵੱਢ ਟੋਕੇ ਸ਼ਹੀਦ ਕਰ ਦਿੱਤਾ ਗਿਆ। ਗੋਲੀ ਮਾਰਨ ਤੋਂ ਬਾਅਦ ਕਮੇਟੀ ਦੀ ਸਰਕਾਰ ਸੀ, ਮੁੱਖ ਮੰਤਰੀ ਕੌਣ ਸੀ, ਡੀਜੀਪੀ ਕੌਣ ਸੀ, ਦੱਸੋਗੇ? ਤੁਸੀਂ ਬੇਅੰਤੇ ਬੁੱਚੜ ਦਾ ਨਾਂ ਹੀ ਨੀ ਜੇ ਲੈਂਦੇ, ਤੁਸੀਂ ਕੇ ਪੀ ਐਸ ਗਿੱਲ ਦਾ ਨਾਂ ਹੀ ਨੀ ਜੇ ਲੈਂਦੇ, ਤੇ ਜਿਨ੍ਹਾਂ ਨੇ ਕੋਹ ਕੋਹ ਤੇ ਮਾਰਿਆ ਤੇ ਮਰਵਾਇਆ, ਜਿਹਦਾ ਰਾਜ ਸੀਗਾ ਬੇਅੰਤੇ ਬੁੱਚੜ ਦਾ, ਤੁਸੀਂ ਕਦੇ ਗੱਲ ਕੀਤੀ ਹੈ? ਇੰਨਾ ਕਦੇ ਗੱਲ ਕੀਤੀ ਹੈ? ਜਿਹੜੇ ਦੋ ਤਿੰਨ ਮਤਲਬ ਦੋ ਜਣੇ ਬੈਠੇ ਆ, ਠੀਕ ਹੈ, ਹਾਂਜੀ। ਚਲੋ ਮੈਂ ਇੱਕ ਵਾਰੀ ਵੇਰਕਾ ਜੀ ਤੋਂ ਦੇਖੋ, ਬਲਟਵਾ ਸਾਹਿਬ ਸਿੱਧਾ ਕਲੀਅਰ ਹੈ ਕਿ ਕਿਸ ਦੀ ਸਰਕਾਰ ਸੀ, ਕੋਈ ਦੋ ਰਾਏ ਨਹੀਂ ਹੈ। 92 ਦੇ ਵਿੱਚ ਕਿਹਦੀ ਸਰਕਾਰ ਸੀ? ਸਰਦਾਰ ਬਿਆਨ ਸਿੰਘ ਦੀ ਸਰਕਾਰ ਸੀ, ਉਸ ਸਮੇਂ ਜਿਹੜੇ ਡੀਜੀਪੀ ਸੀ, ਜਿਹੜਾ ਕੁਐਸਚਨ ਮਾਰਕ ਉਹਨਾਂ ਦੇ ਚਿਹਰੇ ਤੇ ਲਾਉਣਾ ਨੌਜਵਾਨ ਆ ਜੀ, ਤੁਸੀਂ ਉਹਨਾਂ ਰੱਖਦੇ ਜੇ। ਅੱਜ ਦੇ ਨੌਜਵਾਨਾਂ ਨੂੰ ਨਹੀਂ ਪਤਾ ਕਿ ਉਦੋਂ ਬਿਆਨਤੇ ਬੁੱਚੜ ਦੇ ਹੁਕਮਾਂ ਦੇ ਉੱਤੇ, ਕੇਪੀਐਸ ਗਿੱਲ ਦੀਆਂ ਹਦਾਇਤਾਂ ਦੇ ਉੱਤੇ ਸਵਰਨੇ ਘੋਟਣੇ ਭਾਈ ਗੁਰਦੇਵ ਸਿੰਘ ਘਰੋਂ ਚੱਕਿਆ ਸੀਗਾ ਤੇ ਕੋਹ ਕੋਹ ਕੇ ਸ਼ਹੀਦ ਕੀਤਾ ਸੀਗਾ। ਅੱਜ ਦੀ ਜਵਾਨੀ ਨੂੰ ਨਹੀਂ ਪਤਾ ਕਿ ਚਲੋ ਬੇਕਰ ਨਹੀਂ ਗੱਲ ਕਰ ਰਹੇ ਤੁਸੀਂ, ਚਲੋ ਆਖਿਰ ਦੇ ਵਿੱਚ ਆ ਕੇ 92 ਚ ਕਿਸ ਦੀ ਸਰਕਾਰ ਸੀ, ਕੌਣ ਡੀਜੀਪੀ ਸੀ, ਉਹਨਾਂ ਦਾ ਜ਼ਿਕਰ ਕੀਤਾ ਨਾ। ਗੱਲ ਇੱਕ 99 ਚ ਰਿਪੋਰਟ ਆਈ, ਅੱਜ ਚਰਚਾ ਉਸਦੇ ਉੱਤੇ ਹੋ ਰਹੀ ਹੈ, 99 ਚ ਰਿਪੋਰਟ ਆਈ, ਉਸ ਤੋਂ ਬਾਅਦ ਕਿਹੜੇ ਕਿਹੜੇ ਸੀਐਮ ਰਹੇ ਨੇ, ਕਿਹਨਾਂ ਦੀਆਂ ਸਰਕਾਰਾਂ ਰਹੀਆਂ ਨੇ, ਮੌਜੂਦਾ ਸਮੇਂ ਵਾਲੀ ਸਰਕਾਰ ਵੀ ਹੈ ਜਿਹਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ। ਮੇਰੇ ਕੋਲ ਸਮਾਂ ਬਹੁਤ, ਤੁਹਾਨੂੰ ਥੋੜ੍ਹਾ ਜਿਹਾ ਰਹਿ ਗਿਆ, ਮੈਂ ਇੱਕ ਵਾਰੀ ਵੇਰਕਾ ਸਾਹਿਬ ਦਾ ਰੁੱਖ ਕਰ ਲਵਾਂ, ਕੁਲਦੀਪ ਜੀ ਦਾ ਵੀ ਰੁੱਖ ਕਰਾਂਗਾ। ਵੇਰਕਾ ਜੀ ਦੇਖੋ, 92 ਤੋਂ 99 ਤੱਕ ਦੀ ਕਹਾਣੀ ਹੈ ਤੇ ਫਿਰ 99 ਤੋਂ ਲੈ ਕੇ 2023 ਤੱਕ ਦੀ ਇੱਕ ਪੂਰੀ ਕਹਾਣੀ, 24 ਤੱਕ ਦੀ ਇੱਕ ਪੂਰੀ ਕਹਾਣੀ ਹੈ। ਕੀ ਉਸ ਰਿਪੋਰਟ ਦੇ ਵਿੱਚ ਕੋਈ ਅਜਿਹੇ ਤੱਤ ਸੀ ਜਿਸ ਦੇ ਆਧਾਰ ਦੇ ਉੱਤੇ ਪਤਾ ਲੱਗ ਸਕੇ ਕਿ ਆਖਿਰ ਉਹਨਾਂ ਦੀ ਮੌਤ ਹੋਈ ਕਿਵੇਂ ਜਾਂ ਕਿਸ ਦੀ ਵਜ੍ਹਾ ਦੇ ਨਾਲ ਮੌਤ ਹੋਈ? ਵੇਖੋ, ਅਸੀਂ ਸੈਂਕੜੇ ਕੇਸ ਜਿਹੜੇ ਆ ਫੇਕ ਇਨਕਾਊਂਟਰਾਂ ਦੇ, ਡਿਸਪੇਰੈਂਸ ਦੇ, ਜਿਹੜੇ ਸੁਪਰੀਮ ਕੋਰਟ, ਆਨਰੇਬਲ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਆਰਡਰਾਂ 'ਤੇ ਜਿਹੜੇ ਦਰਜ ਹੋਏ ਸੀ ਅਤੇ ਜਿਹੜੇ CBI ਨੂੰ ਇਨਵੈਸਟੀਗੇਸ਼ਨ ਗਈ ਸੀ, ਉਹਨਾਂ ਸਾਰੇ ਕੇਸਾਂ 'ਚ ਮੈਂ ਕੰਪਲੇਂਟ ਸਾਈਡ 'ਤੇ, ਵਿਕਟਮ ਸਾਈਡ ਤੋਂ ਅਪੀਅਰ ਹੁੰਦਾ ਰਿਹਾ, ਉਹਨਾਂ ਕੇਸਾਂ 'ਚ ਸਾਰਿਆਂ 'ਚ ਸਜ਼ਾਵਾਂ ਹੋਈਆਂ, ਇੱਕ ਵੀ ਕੇਸ ਬਰੀ ਨਹੀਂ ਹੋਇਆ। ਹਮੇਸ਼ਾ ਸਟਾਰਟ ਜਿਹੜਾ ਇੱਕ ਇਨਫੋਰਮੇਸ਼ਨ 'ਤੇ ਹੁੰਦਾ ਵਾ, ਉਹ ਇਨਫੋਰਮੇਸ਼ਨ ਜਿਹੜੀ ਬੀਪੀ ਤਿਵਾੜੀ ਦੀ ਸਫੀਸ਼ੈਂਟ ਸੀ FIR ਦਰਜ ਕਰਨ ਲਈ, ਉਹਦੇ ਤੋਂ ਅੱਗੇ ਤਫਤੀਸ਼ ਹੋਣੀ ਸੀ, ਤਫਤੀਸ਼ 'ਚ ਐਵੀਡੈਂਸ ਜਿਹੜਾ ਇਕੱਠਾ ਹੋ ਸਕਦਾ। ਤੁਸੀਂ ਵੇਰਕਾ ਜੀ ਦੇ ਨਾਮ ਲਿਆ ਸੀ ਦਰਸ਼ਨ ਸਿੰਘ ਜੀ ਦਾ, ਜਵਾਬ ਮੌਜੂਦ ਨੇ ਦਰਸ਼ਨ ਸਿੰਘ, ਪਰ ਮੈਂ ਰਿਪੋਰਟ ਦੇ ਵਿੱਚ ਪੜ੍ਹ ਰਿਹਾ ਸੀ ਕਿ ਦਰਸ਼ਨ ਸਿੰਘ ਜੀ ਦੇ ਬਿਲਕੁਲ ਦਰਸ਼ਨ ਸਿੰਘ ਦੀ ਗਵਾਹੀ ਜਿਹੜੀ ਹੋਇਆ ਕਿ ਉਹਨਾਂ ਦੀ ਐਫੀਡੈਵਿਟ ਦਿੱਤਾ ਜਾ ਸਕਦਾ ਬਿਆਨ ਨਹੀਂ ਮੈਂ ਗਲੈਟ ਮੈਂ ਇਹ ਕਲੈਰਟੀ ਤੁਹਾਨੂੰ ਕਰਨਾ ਚਾਹੁੰਦਾ ਵੀ ਜਦੋਂ ਇਹ ਸਭ ਤੋਂ ਪਹਿਲਾਂ ਉਹਨਾਂ ਨੇ ਬੈਂਸ ਸਰ ਨੂੰ ਮਿਲੇ, ਉਹਨਾਂ ਐਫੀਡੈਵਿਟ ਤਿਆਰ ਕੀਤਾ, ਦਰਸ਼ਨ ਸਿੰਘ ਉਹਨਾਂ ਦੀ ਸਟੇਟਮੈਂਟ ਹੋ ਰਹੀ, ਬਾਅਦ 'ਚ ਉਹਨਾਂ 'ਤੇ ਪ੍ਰੈਸ਼ਰ ਪਿਆ, ਕਿਵੇਂ ਉਹਨਾਂ ਨੇ ਪੁਲਿਸ ਨੇ ਉਹਨੂੰ ਹਰਾਸ ਕੀਤਾ, ਕਿਵੇਂ ਉਹ ਘਰੋਂ ਬਘਾਰ ਹੋਏ, ਉਹਨਾਂ ਨੇ ਜਿਹੜਾ ਬੀਪੀ ਤਿਵਾੜੀ ਦੀ ਰਿਪੋਰਟ ਦੇ ਵਿੱਚ ਉਹਨੂੰ ਸਪੋਰਟ ਨਹੀਂ ਕੀਤਾ ਆਪਣੇ ਵਰਸ਼ਨ ਨੂੰ, ਇਸ ਕਰਕੇ ਉਹਨਾਂ ਦੀ ਜਿਹੜੀ ਗਵਾਹੀ ਉਹਨੂੰ ਉਹਨਾਂ ਨੇ ਕੰਸਿਡਰ ਨਹੀਂ ਕੀਤਾ, ਉਹਨੂੰ ਰਿਲਾਇਬਲ ਨਹੀਂ ਗਿਣਿਆ, ਪਰ ਜਿਹੜੇ ਬਾਕੀ ਐਵੀਡੈਂਸ ਇਹਨਾਂ ਮੌਜੂਦ ਐਫੀਆਰ ਦਰਜ ਹੁੰਦੀ ਉਹਦੇ ਵਿੱਚ ਇਨਵੈਸਟੀਗੇਸ਼ਨ ਹੋ ਸਕਦੀ ਸੀ। ਠੀਕ ਹੈ, ਪੁਲਿਸ ਨੇ ਤਾਂ ਮੈਨੂੰ ਭਗੌਣਾ ਕਰਾਰ ਦਿੱਤਾ ਸੀ ਜਿਹੜਾ ਤੁਸੀਂ ਕੱਢ ਕੇ ਲਿਆਂਦਾ ਸੀ 302 ਦਾ ਕੇਸ। ਬਟਵਾ ਸਾਹਿਬ, ਰਿਕਾਰਡ ਤੇ ਜੋ ਰਿਕਾਰਡ ਤੇ ਹੋਊਗਾ, ਅਸੀਂ 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 ਕੋਈ ਡਾਕਟਰ ਤ੍ਰੇਨ ਦਾ ਮਸਲਾ ਸੀ, ਅਸੀਂ ਜੋ ਰਿਕਾਰਡ ਤੇ ਐਵੀਡੈਂਸ ਤੇ, ਬਿਲਕੁਲ ਐਵੀਡੈਂਸ ਤੇ ਚੱਲਦੇ ਆ, ਕਦੀ ਕਦੀ ਅਸੀਂ ਉਹਦੇ ਤੇ ਇੱਧਰ ਉੱਧਰ ਨਹੀਂ ਜਾਂਦੇ। ਤੁਸੀਂ ਆਪਣੀ ਗੱਲ ਉਹਨਾਂ ਟਾਈਮ ਤੁਸੀਂ ਲੈ ਲਓ, ਉਹਨਾਂ ਮੈਨੂੰ ਦੇ ਦਿਓ, ਡਿਬੇਟ ਰੱਖ ਲਓ, ਮੈਂ ਤੁਹਾਨੂੰ ਦੱਸ ਦੂੰਗਾ ਵੀ ਤੁਸੀਂ ਪਕੌੜੇ ਜੀ, ਇਹ ਤੁਸੀਂ ਗੱਲ ਥੋੜੀ ਆ ਵੀ ਤੁਸੀਂ ਇਹ ਬਦਮਾਸ਼ੀ, ਇਹ ਬਦਮਾਸ਼ੀ ਬਿਲਕੁਲ ਨਹੀਂ ਚੱਲਣੀ, ਡਿਬੇਟ ਕਰਨੀ ਬੰਦਿਆਂ ਦਾ ਨਾ ਕਰੋ, ਡਿਬੇਟ ਕਰਨੀ ਬੰਦਿਆਂ ਦੇ ਤਰ੍ਹਾਂ ਕਰੋ, ਨਹੀਂ ਨਹੀਂ ਇਹ ਗੱਲ ਥੋੜੀ ਤੁਹਾਡੀ, ਤੁਸੀਂ ਹਰ ਇੱਕ ਨੂੰ ਇਸ ਤਰ੍ਹਾਂ
ਬਿਲਕੁਲ ਤੁਹਾਡੀ ਰਿਸਪੈਕਟ ਕਰਦੇ ਆ, ਤੁਸੀਂ ਬਿਲਕੁਲ ਇਸ ਤਰ੍ਹਾਂ ਮੈਂ ਗੱਲ ਨਾ ਸੁਣਨੀ ਆ। ਮੋਬਾਈਲ ਤੇ ਦਿਖਾ ਵੀ ਰਹੇ ਜਿੰਨੀ ਦੇਰ ਤੱਕ ਠੀਕ ਹੈ ਗੱਲ ਪਹੁੰਚ ਸਕੇ। ਤੁਹਾਡਾ ਪੁਆਇੰਟ ਇਹ ਆਇਆ ਕਿ ਉਸਦੇ ਵਿੱਚ ਇੰਨੇ ਤੱਤ ਤਾਂ ਸੀ ਰਿਪੋਰਟ ਦੇ ਅੰਦਰ ਕਿ ਪੂਰੀ ਇਨਕੁਆਇਰੀ ਕਰਨ ਵਾਸਤੇ ਇੱਕ FIR ਦਰਜ ਕਰ ਦਿੱਤੀ ਜਾਂਦੀ ਹੈ। ਠੀਕ ਹੈ ਦਾਦੂਆ ਸਾਹਿਬ, ਦਾਦੂਆ ਸਾਹਿਬ ਕਰਨਾ ਨਹੀਂ ਚਾਹੁੰਦੇ। ਠੀਕ ਹੈ ਥੋੜੇ ਵੇਟ ਕਰਿਓ ਬਲਟਵਾ ਜੀ, ਵੇਰਕਾ ਜੀ ਥੋੜੇ ਥੋੜੇ ਵੇਟ ਕਰਿਓ ਪਲੀਜ਼, ਥੋੜੇ ਵੇਟ ਕਰਿਓ ਦਾਦੂਵਾਲ ਜੀ। ਸਾਇਆ ਤੂੰ ਮੈਨੂੰ ਦਾਦੂਵਾਲ ਜੀ ਇਸ ਨੂੰ ਆਪੋ ਆਪਣੇ ਟਾਈਮ ਤੇ ਬੋਲੋ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਕਾਰਵਾਈ ਹੋ ਜਾਂਦੀ ਆ ਜਿਹੜੀ ਹੁਣ ਇੱਕ ਤਾਂ ਰਿਪੋਰਟਾਂ ਦਬਾਈਆਂ, ਦੂਜਾ ਉਹਦੇ ਭੋਗ ਤੇ ਰਾਗੀ ਸਿੰਘ ਦੀ ਡਿਊਟੀ ਲਾਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਆ ਲੈਟਰ ਜਾਰੀ ਹੋਇਆ ਜਿਹੜਾ ਇਹਦੇ ਚ ਬਕਾਇਦਾ ਡਿਊਟੀ ਆ, ਇਹਨੂੰ ਕਿੱਥੇ ਲੁਕਾਓਗੇ ਤੁਸੀਂ, ਕਿਹੜੀ ਕਿਹੜੀ ਗੱਲ ਨੂੰ ਲੁਕਾਓਗੇ ਦੱਸੋ। ਠੀਕ ਹੈ ਚਲੋ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਕੁਲਦੀਪ ਜੀ ਤੁਹਾਡਾ ਇੱਕ ਫਾਈਨਲ ਰਿਐਕਸ਼ਨ ਚਾਹੂੰਗਾ। ਪੰਜ ਮੈਂਬਰੀ ਕਮੇਟੀ ਤੋਂ ਉਮੀਦ ਕਰੀਏ ਕਿ ਕਾਉਂਕੇ ਵਾਲੇ ਮਾਮਲੇ ਦੇ ਵਿੱਚ ਐਕਸ਼ਨ ਕਰਵਾਉਣ ਚ ਕਮੇਟੀ ਕਾਮਯਾਬ ਰਹੇਗੀ। ਆਮ ਤੌਰ ਤੇ ਕਮੇਟੀਆਂ ਨੂੰ ਲੈ ਕੇ ਇਹ ਕਿਹਾ ਜਾਂਦਾ ਕਿਸੇ ਵੀ ਮਾਮਲੇ ਚ ਕਮੇਟੀ ਬਣੇ ਤਾਂ ਮਾਮਲਾ ਠੰਡੇ ਪਾਸੇ ਚਲਿਆ ਜਾਂਦਾ। ਦੇਖੋ ਜੀ ਚਲੋ ਉਮੀਦ ਤੇ ਹਮੇਸ਼ਾ ਹੀ ਕਰਨੀ ਚਾਹੀਦੀ, ਆਪਾਂ ਕਰਾਂਗੇ ਜੀ। ਪਰ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ, ਜਥੇਦਾਰ ਸਾਹਿਬ ਦੇ ਕਤਲ ਦੀ ਅੱਜ ਗੱਲ ਪੂਰੇ ਪੰਜਾਬ ਔਰ ਪੂਰੀ ਦੁਨੀਆ 'ਚ ਉੱਠੀ ਹੋਈ ਆ ਜੀ। ਪਰ ਜੇ ਆਪਾਂ ਪੰਜਾਬ ਦੇ ਵਿੱਚ ਵੇਖੀਏ, ਜਿਹੜੇ ਸੋ ਕਾਲਡ ਸਾਡਾ ਬੁੱਧੀਜੀਵੀ ਵਰਗ ਆ, ਯੂਨੀਵਰਸਿਟੀ ਵਾਲਾ ਜਾਂ ਅਖਬਾਰਾਂ ਦੇ ਜਿਹੜੇ ਸੰਪਾਦਕ ਆ, ਅਜੇ ਤੱਕ ਉਹਨਾਂ ਦੀ ਕਲਮ ਨਹੀਂ ਚੱਲੀ, ਅਜੇ ਤੱਕ ਉਹ ਬੋਲੇ ਨਹੀਂ ਆ। ਇੱਥੇ ਸਾਡੇ ਸਮਾਜ 'ਚ ਇਹ ਡਿਬੇਟਾਂ ਜ਼ਰੂਰ ਹੋ ਜਾਂਦੀਆਂ ਵੀ ਮੂਸੇ ਵਾਲੇ ਦਾ ਕਿਹੜਾ ਗਾਣਾ ਠੀਕ ਆ ਕਿਹੜਾ ਗਲਤ ਆ, ਪਰ ਇੱਕ ਜਥੇਦਾਰ ਸਾਹਿਬ ਨੂੰ ਇੱਦਾਂ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ, ਅੱਜ ਉਹਦੀ ਓਪਨ ਜਿੱਦਾਂ ਇਹਨਾਂ ਲੋਕਾਂ ਨੂੰ ਜਿਹੜਾ ਸੋ ਕਾਲਡ ਸਾਡਾ ਬੁੱਧੀਜੀਵੀ ਵਰਗ ਆ ਉਹ ਉਸ ਮੁੱਦੇ ਦੇ ਉੱਤੇ ਚਰਚਾ ਨਹੀਂ ਕਰ ਰਿਹਾ, ਉਹਨਾਂ ਨੂੰ ਕਰਨੀ ਚਾਹੀਦੀ। ਦੂਜੀ ਗੱਲ, ਇੱਕ ਪਸ਼ੂਆਂ ਦੇ ਅਤੇ ਬੰਦਿਆਂ ਦੇ ਵਿੱਚ ਫਰਕ ਕੀ ਹੁੰਦਾ? ਪਸ਼ੂਆਂ ਦੇ ਵਿੱਚ ਇੱਕ ਪਹੂ ਦੂਜੇ ਪਹੂ ਨੂੰ ਮਾਰਦੇ ਉਹ ਤਗੜਾ ਹੀ ਜਾਂਦਾ। ਜਿਹੜੀ ਸਾਡੀ ਸੁਸਾਇਟੀ ਆ, ਸੁਸਾਇਟੀ ਦੇ ਵਿੱਚ ਇਹ ਹੁੰਦਾ ਵੀ ਜੇ ਕੋਈ ਜ਼ੁਲਮ ਕਰੇ ਤੇ ਉਹਨੂੰ ਸਜ਼ਾ ਦਿੱਤੀ ਜਾਊਗੀ। ਜਿਸ ਤਰੀਕੇ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਖਾਸ ਕਰਕੇ ਜਿਹੜਾ ਸਿੱਖਾਂ ਦਾ ਜੈਨੋਸਾਈਡ ਹੋਇਆ ਉਹਦੇ ਵਿੱਚ ਕਾਤਲਾਂ ਨੂੰ ਇੱਕ ਧਿਰ ਬਣਾ ਕੇ ਕੁਛ ਲੋਕਾਂ ਦੇ ਵੱਲੋਂ, ਮੈਂ ਕਹਾਂ ਸੈਂਟਰਲ ਏਜੰਸੀਆਂ ਦੇ ਵੱਲੋਂ ਬਚਾਇਆ ਜਾ ਰਿਹਾ, ਵਾਰ ਵਾਰ ਉਹ ਬਚਾਏ ਜਾ ਰਹੇ ਆ। ਮੈਂ ਕਹਿੰਦਾ ਜੀ ਬਚਾਇਆ ਗਿਆ, ਹੋਰ ਕੀ ਹੋਇਆ ਜਿਹਨੇ 31 ਸਾਲ ਹੋ ਗਏ ਸਾਨੂੰ ਇਨਸਾਫ਼ ਨਾ ਮਿਲਦਾ, ਔਰ ਇਨਸਾਫ਼ ਇਹਨਾਂ ਨੂੰ ਦੇਣਾ ਚਾਹੀਦਾ। ਜੇ ਨਹੀਂ ਇਨਸਾਫ਼ ਦੇਣਗੇ ਲੋਕਾਂ ਦਾ ਭਰੋਸਾ ਉੱਠ ਜੂਗਾ, ਸਮਾਜ ਦੇ ਵਿੱਚ ਖੁਸ਼ਹਾਲੀ, ਸਮਾਜ ਦੇ ਵਿੱਚ ਸ਼ਾਂਤੀ ਤਾਂ ਹੀ ਆ ਸਕਦੀ ਆ ਕਿ ਜਿਹੜੇ ਦੋਸ਼ੀ ਆ। ਵੇਖੋ ਸਵਰਨ ਘੋਟਣਾ ਭਾਵੇਂ ਚਲਾ ਗਿਆ, ਪਰ ਮੈਂ ਕਹਿੰਦਾ ਵੀ ਉੱਥੇ ਅੱਜ ਵੀ ਮੁਕੱਦਮਾ ਚੱਲਣਾ ਚਾਹੀਦਾ, ਗੁਰਮੀਤ ਸਿੰਘ ਤੇ ਮੁਕੱਦਮਾ ਚੱਲਣਾ ਚਾਹੀਦਾ। ਅੱਜ ਦੀ ਜਿਹੜੀ ਸਰਕਾਰ ਆ ਭਗਵੰਤ ਮਾਨ ਵਾਲੀ, ਇਹਨੂੰ ਡਿਲੇ ਨਹੀਂ ਕਰਨਾ ਚਾਹੀਦਾ, ਜਲਦੀ ਤੋਂ ਜਲਦੀ ਦੋਸ਼ੀਆਂ ਦੇ ਖਿਲਾਫ 22 ਨੇ ਪੱਕਾ ਕਰਕੇ ਕਾਰਵਾਈ ਹੋਣੀ ਚਾਹੀਦੀ ਆ, ਨਹੀਂ ਤੇ ਆਪਾਂ ਚਰਚਾ ਕਰੀ ਜਾਵਾਂਗੇ ਉਹਦਾ ਫਾਇਦਾ ਕੋਈ ਨਹੀਂ। ਚਲੋ ਸ਼ੁਕਰੀਆ, ਮੈਂ ਵਿਚਾਲੇ ਰੋਕ ਰਿਹਾ, ਮੇਰੇ ਕੋਲ ਇਹਨਾਂ ਨੂੰ ਵੀ ਬੋਲਣਾ ਚਾਹੀਦਾ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਮੈਂ ਮਾਫੀ ਚਾਹੂੰਗਾ ਵਿਚਾਲੇ ਰੋਕ ਰਿਹਾ, ਸਮਾਂ ਖਤਮ ਹੋ ਚੱਲਿਆ। ਕੁਲਦੀਪ ਜੀ ਔਰ ਵੇਰਕਾ ਜੀ ਨੂੰ ਥੋੜ੍ਹਾ ਜਿਹਾ ਘੱਟ ਟਾਈਮ ਦੇ ਪਾਇਆ ਮੈਂ।